ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਲੱਖ ਲੱਖ ਸਾਰਿਆਂ ਨੂੰ, ਪਰ ਬੜੀ ਵੱਡੀ ਗੱਲ ਜਦੋਂ ਤੁਸੀਂ ਵਿਸਾਖੀ ਦੀ ਵਧਾਈ ਦਿੰਦੇ ਹੋ 13 ਅਪ੍ਰੈਲ ਦੇ ਵਿੱਚ, ਇੱਕ ਬੜਾ ਸੈਡ ਦਿਨ ਦਿਮਾਗ 'ਚ ਆਉਂਦਾ ਪਿਆ ਸਾਰਿਆਂ ਨੂੰ, ਦੁੱਖ ਘਟਨਾ ਹੋਈ ਜਿਹੜੀ 13 ਅਪ੍ਰੈਲ ਨੂੰ ਜਲ੍ਹਿਆਂਵਾਲੇ ਬਾਗ ਵਾਲੀ ਦੀ ਮੈਂ ਗੱਲ ਕਰਦਾ, ਉਹਦੇ ਸਿਲਸਿਲੇ ਬਾਰੇ ਅਸੀਂ ਗੱਲ ਕਰਾਂਗੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਵਿਸ਼ਪਾਲ ਜਾਲੇ ਐਂਡ ਮਾਈ ਨੇਮ ਇਜ਼ ਪ੍ਰੀਤੀ ਕੌਰ। ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਨਾ ਲੇਟ ਸ਼ੋਅ। ਥੈਂਕ ਯੂ ਅਗੇਨ ਫੋਰ ਜੁਆਇਨਿੰਗ ਅਸ ਇਨ ਆਵਰ ਲੇਟ ਸ਼ੋਅ। ਐਵਰੀ ਟਾਈਮ ਨੇ ਨਾ ਮੈਂ ਕਹਿੰਦਾ ਹੁੰਦਾ ਕਿ ਅਸੀਂ ਬੜੀ ਕੋਸ਼ਿਸ਼ ਕਰਦੀ ਹੈ ਕਿ ਕੋਈ ਐਜੂਕੇਸ਼ਨਲ ਇਨਫੋਰਮੇਟਿਵ ਸ਼ੋਅ ਲੈ ਕੇ ਆਈਏ, ਕੁਛ ਅੱਜ ਵੀ ਇੱਦਾਂ ਦਾ ਹਿਸਾਬ ਹੈਗਾ। ਪਰ ਬਿਫੋਰ ਵੀ ਟੋਕ ਕਿ ਅੱਜ ਸਾਡੀ ਕਿਹੜਾ ਮੁੱਦਾ ਹੋਏਗਾ, ਕੀ ਸਬਜੈਕਟ ਹੋਏਗਾ, ਸਾਡੇ ਕੌਣ ਗੈਸਟ ਹੈ, ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵਿਸਾਖੀ ਦੀ ਵਧਾਈ ਦਿੰਦਾ ਲੱਖ ਲੱਖ। ਆਈ ਹੋਪ ਤੁਸੀਂ ਸਾਰਿਆਂ ਨੇ ਬੜਾ ਅੱਛਾ ਲੱਗਿਆ, ਬੜੀ ਧੂਮਧਾਮ ਨਾਲ ਹਰ ਜਗ੍ਹਾ 'ਤੇ ਮਨਾਈ ਗਈ ਹੈ, ਨੋਟ ਓਨਲੀ ਇਨ UK, ਅਰਾਊਂਡ ਦਾ ਵਰਲਡ। ਕੁਛ ਜ਼ਿਆਦਾ ਜੋਸ਼ ਸੀਗਾ ਬਿਕੋਜ਼ 550 ਸਾਲ ਵੀ ਨਾਲ ਕਰੀਬ ਹੈਗੇ ਨੇ, ਤਾਂ ਉਹਦੇ ਵਿੱਚ ਲੋਟ ਆਫ ਯੂ ਨੋ ਐਕਟੀਵਿਟੀ ਵਗੈਰਾ ਬੜੀ ਜ਼ੋਰਾਂ ਸ਼ੋਰਾਂ 'ਚ ਮਨਾਇਆ ਗਿਆ। ਹਾਂਜੀ, ਸਾਰਿਆਂ ਨੂੰ ਬਹੁਤ ਬਹੁਤ ਲੱਖ ਵਧਾਈਆਂ ਵਿਸਾਖੀ ਦੀਆਂ। ਵੀ ਸ਼ੁਡ ਫੋਰਗੇਟ ਆਵਰ ਕਲਚਰ ਐਂਡ ਸਾਡਾ ਹੈਰੀਟੇਜ। ਐਗਜੈਕਟਲੀ, ਅਸੀਂ ਜੇ ਹੁਣ ਗੱਲ ਕਰੀਏ ਨਾ ਆਪਣੀ ਵਿਸਾਖੀ ਦੀ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜਾ ਮੀਡੀਆ ਇਜ਼ ਸੱਚ ਅ ਸਟਰੋਂਗ ਚੀਜ਼ ਹੈਗੀ ਆ। ਪਹਿਲਾਂ ਅਸੀਂ ਡਿਪੈਂਡ ਕਰਦੇ ਸੀਗੇ ਫੋਰਨ ਵੈਨ ਅਸੀਂ ਫੋਰਨ ਆਪਣੇ ਇੰਗਲਿਸ਼ ਚੈਨਲਾਂ ਦੇ ਉੱਪਰ ਅੱਧਾ ਕੁ ਘੰਟਾ ਸ਼ੋਅ ਦਿਖਾ ਦਿੰਦੇ ਸੀ, ਉਹ ਵੀ ਬ੍ਰੇਕਿੰਗ ਨਿਊਜ਼ ਦੇ ਵਿੱਚ, ਕੋਈ ਜਾਸੀ ਡਿਟੇਲ 'ਚ ਨਹੀਂ ਸੀ ਦਿਖਾਇਆ ਜਾਂਦਾ। ਵੀ ਸ਼ੁੱਡ ਬੀ ਪ੍ਰਾਊਡ ਕਿ ਸਾਡਾ ਖੁਦ ਦਾ ਚੈਨਲ ਹੈਗਾ, ਅਸੀਂ ਖੁਦ, ਤੁਸੀਂ ਇਹਦੇ ਮਾਲਕ ਹੋ, ਤੁਸੀਂ ਚਲਾਉਂਦੇ ਹੋ, ਤੁਹਾਡੀ ਸਪੋਰਟ ਦੇ ਨਾਲ ਚੱਲਦਾ ਹੈ। space of time. Exactly. And in 6 years we've become so big. ਤੇ ਮੈਂ ਪਹਿਲਾਂ ਦੱਸਦਾ ਵਾ, ਅਜੇ ਰੀਸੈਂਟਲੀ ਤੁਹਾਨੂੰ ਪਤਾ ਕਿ ਅਸੀਂ ਅਕਾਲ ਚੈਨਲ ਵੀ ਲਾਂਚ ਸਾਡਾ ਫੁੱਲ ਸਕੇਲ ਦੇ ਉੱਪਰ USA ਦੇ ਵਿੱਚ, ਆਲ ਓਵਰ USA, ਕੈਨੇਡਾ ਦੇ ਵਿੱਚ ਪਹਿਲਾਂ ਜਾਂਦਾ ਸੀਗਾ, ਅਤੇ ਓਨਲੀ ਦਿਸ ਲਾਸਟ ਸੈਟਰਡੇ, ਗੋਨ ਸੈਟਰਡੇ ਵੀ ਸੁਚਡ ਔਨ ਆਸਟ੍ਰੇਲੀਆ ਦੇ ਵਿੱਚ, ਲਾਈਵ ਪ੍ਰੋਗਰਾਮ ਇਨ ਆਸਟ੍ਰੇਲੀਆ, ਅਤੇ ਉਹਦੇ ਵਿੱਚ ਤੁਸੀਂ ਨਾ ਚੈਨਲ ਨੂੰ ਰਿੰਗ ਕਰਕੇ, ਡਿਫਰੈਂਟ ਡਿਫਰੈਂਟ ਫ੍ਰੀਕੁਐਂਸੀ ਹੈਗੀਆਂ ਆਸਟ੍ਰੇਲੀਆ ਬੀਂਗ ਸੱਚ ਏ ਹਿਊਜ ਕੰਟਰੀ, ਤੁਸੀਂ ਉਹਦੀ ਫ੍ਰੀਕੁਐਂਸੀ ਪਤਾ ਕਰ ਸਕਦੇ ਹੋ। ਮੋਸਟ ਡਿਸਟ੍ਰਿਕਟਸ ਇਨ ਪੰਜਾਬ ਸਾਡਾ ਉੱਥੇ ਵੀ ਲਾਈਵ TV ਆਉਂਦਾ ਹੁਣ, ਐਂਡ ਸਾਡੇ MD ਸਰਦਾਰ ਅਮਰਿਕ ਸਿੰਘ ਕੁੰਨਰ ਦੀ ਖੁਆਇਸ਼ ਹੈ ਔਰ ਸਾਰੇ ਸਟਾਫ ਦੀ ਐਂਬੀਸ਼ਨ ਹੈਗੀ, ਵਿਦ ਦ ਹਾਰਡ ਵਰਕ ਵਿਦ ਇਨ ਕਪਲ ਆਫ ਈਅਰਸ ਸਾਰੇ ਪੰਜਾਬ 'ਚ ਈਚ ਐਂਡ ਐਵਰੀ ਹਾਊਸ ਹੋਲਡ ਦੇ ਵਿੱਚ ਤੁਸੀਂ TV ਦੇ ਉੱਪਰ ਚੈਨਲ ਦੇਖ ਸਕਦੇ ਹੋ। ਸੱਚ ਅ ਬਿਗ ਥਿੰਗ ਇਜ਼ਨਟ ਇਟ, ਇਟਸ ਜਸਟ ਗ੍ਰੇਟ ਅਚੀਵਮੈਂਟ ਐਂਡ ਆਮ ਸੋ ਗ੍ਰੇਟਫੁਲ ਟੂ ਬੀ ਪਾਰਟ ਆਫ ਅਕਾਲ ਚੈਨਲ ਐਂਡ ਇਟਸ ਪ੍ਰਾਊਡ ਦੈਟ ਐਵਰੀਵਨ ਸ਼ੁਡ ਬੀ ਪ੍ਰਾਊਡ ਕਿ ਸਾਰਿਆਂ ਦੇ ਘਰ ਵਿੱਚ ਅਕਾਲ ਚੈਨਲ ਹੁਣ ਆਊਗਾ। ਦੂਸਰੀ ਗੱਲ, ਜਦੋਂ ਮੈਂ ਕਿਹਾ ਸੀ ਸਟਾਰ ਦੇ ਵਿੱਚ ਕਿ ਚੈਨਲ ਹੋਣਾ ਜ਼ਰੂਰੀ ਹੈ, ਦੇਖੋ ਪਹਿਲਾਂ ਕੁਛ ਹਾਸਤੇ ਹੁੰਦੇ ਸੀਗੇ, ਨਹੀਂ ਪਤਾ ਲੱਗਦਾ। ਅੱਜ ਜਿਹੜਾ ਸਾਡਾ ਟੋਪਿਕ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਕਿ ਹੁਣ ਮੀਡੀਆ ਹੋਣ ਕਰਕੇ ਨਾ when it happens, news thode ghar ghar tak pahunchdi gayi hai. This is the effort of the channel, the effort of the production team, the sadi technical team, the presenter, the effort de naal thode ghar usse minute news pahunchai jandi, achhi hove ya buri hove, thodi support to bina eh channel itthe nahi pahunch sakda. Sky high is the limit, we slowly moving on the ladder but surely, thodi slow hovange lekin 6 saala tak badi tarakki kiti hai. Ajj main tonu saryan nu vishakhi di vadhai ditti ਲੱਖ ਲੱਖ ਸਾਰਿਆਂ ਨੂੰ, ਪਰ ਬੜੀ ਵੱਡੀ ਗੱਲ ਜਦੋਂ ਤੁਸੀਂ ਵਿਸਾਖੀ ਦੀ ਵਧਾਈ ਦਿੰਦੇ ਹੋ 13 ਅਪ੍ਰੈਲ ਦੇ ਵਿੱਚ, ਇੱਕ ਬੜਾ ਸੈਡ ਦਿਨ ਦਿਮਾਗ 'ਚ ਆਉਂਦਾ ਪਿਆ ਸਾਰਿਆਂ ਨੂੰ, ਦੁੱਖ ਘਟਨਾ ਹੋਈ ਜਿਹੜੀ 13 ਅਪ੍ਰੈਲ ਨੂੰ ਜਲ੍ਹਿਆਂਵਾਲੇ ਬਾਗ ਵਾਲੀ ਦੀ ਮੈਂ ਗੱਲ ਕਰਦਾ, ਉਹਦੇ ਸਿਲਸਿਲੇ ਬਾਰੇ ਅਸੀਂ ਗੱਲ ਕਰਾਂਗੇ। ਮੇਰੇ ਨਾਲ ਬਹੁਤ ਬਹੁਤ ਇੰਪੋਰਟੈਂਟ ਮੇਰੇ ਗੈਸਟ ਸਾਰੇ ਇੰਪੋਰਟੈਂਟ ਹੁੰਦੇ, ਪਰ ਵਿਦ ਦਿਸ ਸਬਜੈਕਟ ਮੇਰੇ ਪਾਸ ਗੈਸਟ ਹੈਗੇ ਆਪਣੀ ਲੇਡੀ ਸਿੰਘ, ਜਾਣੇ ਪਛਾਣੇ ਤੁਸੀਂ ਜਾਣਦੇ ਹੋ, ਉਹਨਾਂ ਨੂੰ ਹਮੇਸ਼ਾ ਸਾਨੂੰ ਸਪੋਰਟ ਕਰਦੇ ਨੇ। ਭੈਣ ਜੀ, ਭਾਈ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਧਰ ਸਾਡੇ ਨਾਲ ਐਕਸਪਰਟ ਇਨ ਦਾ ਸਬਜੈਕਟ ਓਵਰ ਡੇਲੀਆਂ ਵਾਲੇ ਬਾਗ ਵਾਲੇ ਦਲਵਿੰਦਰ ਸਿੰਘ ਭਾਅ ਜੀ, ਥੈਂਕ ਯੂ, ਤੁਹਾਡਾ ਬਹੁਤ ਮਿਹਰਬਾਨੀ ਆਉਂਦਾ, ਮੈਂ ਤੁਹਾਡੇ ਦੋਨਾਂ ਦਾ ਸ਼ੁਕਰਾਨਾ ਕਰਦਾ। ਭਾਅ ਜੀ, ਮੇਰਾ ਸਭ ਤੋਂ ਪਹਿਲਾਂ ਇੱਕ ਸਬਜੈਕਟ ਨਾ ਮੇਰੇ ਦਿਮਾਗ 'ਚ, ਯੂ ਨੋ ਆਮ ਸ਼ੋਰ ਕਿ ਐਵਰੀ ਸਿੱਖ ਦਾ ਨਾ ਅਗਰੈਸਿਵ, ਇੰਡੀਅਨ ਸਪੈਸ਼ਲੀ ਸਿੱਖਾਂ ਦਾ ਜ਼ਿਆਦਾ, ਕਿਉਂਕਿ ਪੰਜਾਬ 'ਚ ਇਹ ਹਾਦਸਾ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਇਹਨੂੰ 100 ਸਾਲ ਕਿਉਂ ਲੱਗ ਗਏ, ਅਸੀਂ ਇਸ ਸਾਲ ਕਿਉਂ ਜ਼ਿਆਦਾ ਖੱਪ ਪਾਈਏ, ਵਾਈ ਵੀ ਸੋ ਧਮਾਕਾ ਕਰ ਰਹੇ ਹਾਂ ਗੱਲ ਬਾਰੇ, ਅਸੀਂ 99 ਈਅਰਸ ਅਸੀਂ ਆਰਾਮ ਨਾਲ ਬੈਠੇ, ਇਟਸ ਫਾਰ ਟੂ ਲੌਂਗ ਟੂ ਸਿਟ ਐਂਡ ਵੋ, ਹੁਣ 100 ਸਾਲ ਹੋ ਗਏ ਬਿਕੋਜ਼ ਸੈਂਚੁਰੀ ਹੋ ਗਈ, ਤਾਂ ਸਾਡੇ 'ਚ ਜੋਸ਼ ਆ ਗਿਆ। ਨਹੀਂ ਹੁੰਦਾ ਤਾਂ ਹਰ ਸਾਲ ਹੀ ਹੁੰਦਾ, ਪਰ ਕਿਉਂਕਿ 100 ਸਾਲ ਇਸ ਕਰਕੇ ਜੋਸ਼ ਤਾਂ ਸਾਨੂੰ ਆਪਣੇ ਸ਼ਹੀਦਾਂ ਦੀ ਯਾਦ ਵਾਸਤੇ ਹਮੇਸ਼ਾ ਹੀ ਹੋਣਾ ਚਾਹੀਦਾ, ਪਰ ਅਫਸੋਸ ਆ ਕਿ ਸਾਡੇ ਇੱਕ ਤਾਂ ਸ਼ਹੀਦ ਵੀ ਬੜੇ ਹੋਏ ਨਾ,
ਤੇ ਦੂਜਾ ਅਸੀਂ ਭੁੱਲ ਜਾਂਦੇ ਹਾਂ ਹੁਣੇ ਪਿਛਲੇ ਭਗਤ ਸਿੰਘ ਦੀ ਸ਼ਹੀਦੀ ਹੋਈ ਹੈ ਪਿਛਲੇ ਮਹੀਨੇ ਦੀ ਕਿੰਨੇ ਮਿਲਾਈ ਹੈ ਕਿਸੇ ਨੇ ਮਿਲਾਈ ਹੈ ਨਹੀਂ ਮਨਾਈ ਸੋ ਇਸ ਕਰਕੇ ਨਾ ਇਟਸ ਅ ਸੈਡ ਥਿੰਗ ਅਤੇ ਨਾ ਹੁਣ 100 ਸਾਲਾਂ ਹੋ ਗਿਆ ਅਤੇ ਵੈਸੇ ਤਾਂ ਪਹਿਲੇ ਵੀ ਜਦੋਂ ਕੁਈਨ ਗਈ ਹੈ ਇੰਡੀਆ ਜਦੋਂ ਡੇਵਿਡ ਕੈਮਰਨ ਗਿਆ ਇੰਡੀਆ ਆਪਣਾ ਮੇਅਰ ਗਿਆ ਇੰਡੀਆ ਸਾਰਿਆਂ ਨੇ ਸਾਰਿਆਂ ਨੂੰ ਕਿਹਾ ਕਿ ਤੁਸੀਂ ਮਾਫ਼ੀ ਮੰਗੋ ਪਰ ਉਹਨਾਂ ਮਾਫ਼ੀ ਨਹੀਂ ਮੰਗੀ ਅਸੀਂ ਨਾ ਮਾਫ਼ੀ ਦੀ ਗੱਲ ਕਰਾਂਗੇ ਹੁਣ ਭਾਅ ਜੀ ਨਾਲ ਗੱਲ ਕਰਦੇ ਹਾਂ ਭਾਅ ਜੀ ਮੈਂ ਦੱਸਿਆ ਕਿ 100 ਸਾਲ ਹੋ ਗਏ ਅਸੀਂ ਹੁਣ ਥੋੜ੍ਹਾ ਜਾਗ ਗਏ ਹਾਂ ਇੱਕ ਮੈਂ ਥੋੜ੍ਹਾ ਮਾਇਨ ਨਾ ਕਰਿਓ ਮੈਨੂੰ ਆਈ ਡੋਂਟ ਨੋ ਹਾਊ ਟੂ ਪੁੱਟ ਦੈਟ ਇਨ ਵਰਡਸ ਜਿਹੜੀ ਆਪਣੀ ਜਨਰੇਸ਼ਨ ਹੈਗੀ ਪਹਿਲਾਂ ਦੀ ਜਦੋਂ ਹਾਸਤੇ ਹੋਏ ਨੇ ਕੁਛ ਉਦੋਂ ਜਾਂ ਥੋੜ੍ਹੇ ਦੇ ਬਾਅਦ ਅਸੀਂ ਇਹਦੇ ਵਿੱਚ ਇੰਟਰਸਟ ਲੈ ਕੇ ਅਸੀਂ ਮੁੱਦਾ ਉਠਾ ਰਹੇ ਹਾਂ ਅਤੇ ਸਾਡੀ ਜਨਰੇਸ਼ਨ ਤਾਂ ਭੁੱਲੀ ਹੋਈ ਸਾਰਾ ਕੁਛ ਹੈ ਅਤੇ ਅਗਰ ਜਦੋਂ ਸਾਡੀ ਜਿਹੜੀ ਆਪਣੀ ਜਨਰੇਸ਼ਨ ਫੇਡ ਅਪ ਹੋ ਗਈ ਇਹ ਤਾਂ ਫਿਰ ਗੱਲ ਖਤਮ ਹੋ ਜਾਏਗੀ ਬਿਕੋਜ਼ ਬਿਟ ਬੋਨਸ ਜਿਹੜੇ ਇੱਥੇ ਬੋਨ ਹੁੰਦੇ ਨੇ ਆਪਣੇ ਬੱਚੇ ਦੇ ਹੈਵ ਨੋ ਆਈਡੀਆ ਅਬਾਊਟ ਦੇ ਜਲਿਆਂਵਾਲਾ ਬਾਗ ਬਾਰੇ ਕੋਈ ਉਹਨਾਂ ਨੂੰ ਪਤਾ ਹੀ ਨਹੀਂ ਹੈ ਉਹ ਇਸੇ ਕਰਕੇ ਹੀ ਆ ਕਿਉਂਕਿ ਆਪਣੇ ਜਿਹੜੇ ਲੋਕ ਜਦੋਂ ਇੱਥੇ ਆਏ ਹੈਗੇ ਹਾਂ ਅਤੇ ਅਸੀਂ ਮੰਨ ਲਓ ਜ਼ਿਆਦਾ ਲੋਕਾਂ ਨੇ ਪੈਸੇ ਕਮਾਉਣ ਵੱਲ ਜ਼ਿਆਦਾ ਆਪਣੇ ਧਿਆਨ ਦਿੱਤਾ ਹੈਗਾ ਆਪਣੇ ਪਿਛੋਕੜ ਬਾਰੇ ਆਪਣੇ ਕਲਚਰ ਬਾਰੇ ਆਪਣੀ ਹਿਸਟਰੀ ਬਾਰੇ ਸੈਟਲ ਹੋਣ ਦੀ ਕੋਈ ਮਤਲਬ ਗੱਲ ਅੱਗੇ ਵਧਾਈ ਅਤੇ ਇਹਦੇ ਬਾਰੇ ਅਵੇਅਰਨੈਸ ਜਿਹੜੀ ਉਹ ਨਹੀਂ ਲਿਆਉਂਦੀ ਪਰ ਭਾਅ ਜੀ ਮੈਂ ਤੁਹਾਡੀ ਗੱਲ ਮੰਨਦਾ ਮੈਂ ਨਾ ਓਨੈਸਟਲੀ ਪਲੀਜ਼ ਮਾਇੰਡ ਨਾ ਕਰਿਓ ਅਗਰ ਮੈਂ ਕੁਛ ਜਾਣੇ ਜਾਣੇ ਗਲਤ ਸ਼ਬਦ ਕਹਾਂ ਬਿਕੋਜ਼ ਮੇਰੇ 'ਚ ਬਹੁਤ ਗੁੱਸਾ ਨਹੀਂ ਗੁੱਸਾ ਵੀ ਤੁਸੀਂ ਕਹਿ ਸਕਦੇ ਹੋ ਲੇਕਿਨ ਮੈਨੂੰ ਫੀਲ ਹੁੰਦਾ ਕਿ ਇਹ ਕੰਮ ਕਰਨ ਨੂੰ ਸਾਨੂੰ 99 ਸਾਲ ਲੱਗ ਗਏ ਸੈਟਲ ਹੋਣ ਲਈ ਨਹੀਂ ਇਹ 99 ਸਾਲ ਤਾਂ ਨਹੀਂ ਲੱਗੇ ਹੈਗੇ ਕਿਉਂਕਿ ਜਿਹੜੀਆਂ ਮਜ਼ਦੂਰਾਂ ਦੀਆਂ ਔਰਗਨਾਈਜੇਸ਼ਨਸ ਆ ਹਮੇਸ਼ਾ ਹੀ ਮਤਲਬ ਇਸ ਗੱਲ ਨੂੰ ਮਤਲਬ ਦੁਹਰਾਉਂਦੀਆਂ ਰਹੀਆਂ ਆ ਲੋਕਾਂ ਦੇ ਵਿੱਚ ਲਿਜਾਂਦੀਆਂ ਰਹੀਆਂ ਕਿਉਂਕਿ ਇਹ ਜਿਹੜਾ 1919 ਦੇ ਵਿੱਚ ਹੋਇਆ ਇਹੋ ਜੇ ਮਤਲਬ 99 ਸਾਲ ਕਹੀਏ ਤਾਂ ਫਿਰ ਤਾਂ ਸ਼ਹੀਦ ਊਧਮ ਸਿੰਘ ਜਿਹਨੇ ਤਾਂ 21 ਸਾਲਾਂ ਬਾਅਦ ਵੀ ਯਾਦ ਕੀਤਾ ਔਰ ਹਮੇਸ਼ਾ ਹੀ ਯਾਦ ਕਰਦਾ ਰਿਹਾ ਔਰ ਗਦਰ ਪਾਰਟੀ ਜਿਹੜੀ ਸੀ ਉਹਨਾਂ ਨੂੰ 21 ਸਾਲ ਲੱਗੇ ਸੀ ਆਪਣਾ ਕਰਨ ਨੂੰ ਮਕਸਦ ਪੂਰਾ ਹੋਣ ਨੂੰ ਹਾਂ ਅਤੇ ਗਦਰ ਪਾਰਟੀ ਜਿਹੜੀ ਆ ਉਹ ਮਤਲਬ ਉਹਦੇ ਜਿਹੜੇ ਪੈਰੋਕਾਰ ਸੀਗੇ ਉਹ ਸਾਰੇ ਮਤਲਬ ਜਿਹੜੇ ਹੈਗੇ ਆ ਇਹ ਇਸ ਗੱਲ ਨੂੰ ਲੋਕਾਂ ਦੇ ਵਿੱਚ ਲਿਜਾਂਦੇ ਰਹੇ ਆ ਇਹ ਗੱਲ ਵੱਖਰੀ ਆ ਕਿ ਜਿਹੜੇ ਸਾਡੇ ਦੇਸ਼ ਦਾ ਨਿਜ਼ਾਮ ਆ ਜਿਹੜੇ ਗੌਰਮੈਂਟ ਆ ਉਹਨਾਂ ਨੇ ਕੁਛ ਨਹੀਂ ਕੀਤਾ ਪਰ ਅੱਜ ਉਹ ਵੀ ਬੜਾ ਮੋਹਰੇ ਹੋ ਕੇ ਇਹ ਗੱਲਾਂ ਕਰ ਰਹੇ ਆ ਤੁਸੀਂ ਮੈਨੂੰ ਦੱਸੋ ਮੈਂ ਵੀ ਕਹਿਣ ਲੱਗੀ ਸੀ ਦੇਖੋ ਨਾ ਖੱਪ ਦਾ ਹਾਸਲ ਪਾਉਂਦੇ ਆ ਪਿਛਲੇ ਸਾਲ ਲੋਰਡ ਸਿੰਘ ਮਾਈ ਹਸਬੈਂਡ ਉਹਨਾਂ ਨੇ ਹਾਊਸ ਆਫ ਲੋਰਡਸ ਫਿਰ ਉਸ ਲਈ ਕਿਹਾ ਸੀ ਅਪੋਲੋਜੀ ਹੋਣੀ ਚਾਹੀਦੀ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਅੱਛਾ ਮੁੱਦਾ ਉਠਾਇਆ ਗਿਆ ਸੀ ਉਠਾਇਆ ਤਾਂ ਹਰ ਸਾਲ ਜਾਂਦਾ ਪਰ ਦੇਖੋ ਨਾ ਕਿੰਨੇ ਸਾਲ 100 ਸਾਲ ਹੋ ਗਏ ਤੁਹਾਡੀ ਗੱਲ ਠੀਕ ਹੈ ਹੁਣ ਸਾਡਾ 1984 ਨੂੰ ਕਿੰਨੇ ਸਾਲ ਹੋ ਗਏ ਇਹਦਾ ਮਤਲਬ ਹੈ ਥੋੜ੍ਹੀ ਕਿ ਅਸੀਂ ਚੁੱਪ ਹਾਂ ਅਸੀਂ ਖੱਪ ਤਾਂ ਪਾਉਂਦੇ ਰਹਿੰਦੇ ਹਾਂ ਪਰ ਗਵਰਨਮੈਂਟਸ ਨਹੀਂ ਨਾ ਸੁਣਦੀਆਂ ਉਹ ਕਹਿੰਦੇ ਹਨ ਅਸੀਂ ਇਹ ਵੀ ਕਿਸੇ ਨੇ ਅਪੋਲੋਜੀ ਨਹੀਂ ਅਜੇ ਤੱਕ ਕੀਤੀ ਕਿੰਨੇ ਬੰਦੇ ਮਾਰੇ ਗਏ ਇੱਕ ਇੱਥੇ ਹੁੰਦਾ ਨਾ ਖੂਨ ਹੋ ਜਾਵੇ ਕਿਸੇ ਦਾ ਅਤੇ ਕਿੰਨੀ ਵਾਰੀ ਤੁਸੀਂ ਜੇਲ੍ਹਾਂ 'ਚ ਕੋਰਟਸ 'ਚ ਲਾਉਂਦੇ ਹੋ ਕਿਉਂਕਿ ਤੁਸੀਂ ਪੈਰ ਜਿਹਦੇ ਬੱਚੇ ਦੀ ਹੋ ਜੀ ਫੋਰ ਐਗਜ਼ਾਮਪਲ ਉਹਨੂੰ ਪੁੱਛੋ ਉਹ ਕਹਿੰਦਾ ਕਿ ਤਾਂ ਮੇਰਾ ਬੱਚਾ ਤਾਂ ਨਹੀਂ ਵਾਪਸ ਆਉਣਾ ਪਰ ਆਈ ਫੀਲ ਕਿ ਥੋੜ੍ਹਾ ਜਸਟਿਸ ਹੋ ਗਿਆ ਨਾ ਕਲਪਰੇਟ ਨੂੰ ਅਤੇ ਸਾਡੇ ਨਾਲ ਜਸਟਿਸ ਤਾਂ ਹੁੰਦਾ ਹੀ ਨਹੀਂ ਪਿਆ ਦੇਖ ਲਓ ਇਹ 100 ਸਾਲ ਹੋ ਗਿਆ 1984 ਦੇ ਕਿੰਨੇ ਸਾਲ ਹੋ ਗਏ ਪਤਾ ਨਹੀਂ ਉਹਦੇ ਵੀ 100 ਸਾਲ ਹੋ ਜਾਣਗੇ ਅਸੀਂ ਇਹੀ ਕਹਿੰਦੇ ਹਾਂ ਕਿ ਸਾਡਾ ਜੈਨੋਸਾਈਡ ਹੋਇਆ ਨਹੀਂ ਕੋਈ ਮੰਨਦਾ ਪਿਆ ਪਰ ਇਹ ਗੱਲ ਮੈਨੂੰ ਹੋਰ ਦੱਸੋ ਤੁਸੀਂ ਅੱਜ ਵਨ ਆਫ ਯੂ ਕੈਨ ਆਨਸਰ ਮੀ ਭਾਅ ਜੀ ਅਸੀਂ ਸ਼ੋਅ ਵਗੈਰਾ ਕਰਦੇ ਹਾਂ ਰੇਡੀਓ ਦੇ ਵਿੱਚ ਅਸੀਂ ਸ਼ੋਅ ਕਰਦੇ ਹਾਂ ਟੈਲੀਵਿਜ਼ਨ ਦੇ ਉੱਪਰ ਤੁਸੀਂ ਹਿਸਟੋਰੀਅਨ ਬਣ ਕੇ ਤੁਸੀਂ ਰਿਸਰਚ ਕਰਕੇ ਤੁਸੀਂ ਬੁੱਕ ਲਿਖਣੀ ਸ਼ੁਰੂ ਕਰ ਦਿੰਦੇ ਹੋ ਇਹਨਾਂ ਦੇ ਇੱਥੋਂ ਜੇ ਬੁੱਕਾਂ ਵਿਕਦੀਆਂ ਤੁਸੀਂ ਪੈਸੇ ਬਣਾ ਰਹੇ ਹੋ ਲੇਕਿਨ ਅਸੀਂ ਕਿਹਦੀ ਵੇਟ ਕਰਦੇ ਹਾਂ ਕਿ ਉੱਠ ਕੇ ਇਹਦਾ ਮੁੱਦਾ ਉਠਾਏਗਾ ਹੂ ਆਰ ਵੀ ਵੇਟਿੰਗ ਫੋਰ ਸਾਨੂੰ ਵੇਟ ਕਰਨ ਦੀ ਕਿਸੇ ਦੀ ਜ਼ਰੂਰਤ ਨਹੀਂ ਹੈ ਔਰ ਜਿੱਥੇ ਤੱਕ ਇੰਡੀਅਨ ਵਰਕਰ ਐਸੋਸੀਏਸ਼ਨ ਦਾ ਸਵਾਲ ਆ ਅਸੀਂ ਹਮੇਸ਼ਾ ਇਹ ਗੱਲਾਂ ਜਿਹੜੀਆਂ ਲੋਕਾਂ ਦੇ ਵਿੱਚ ਲਿਜਾਂਦੇ ਰਹੇ ਹਾਂ ਅੱਛਾ ਕਿ ਉਸ ਉਹ ਜਿਹੜਾ ਜ਼ੁਲਮ ਉਸ ਵੇਲੇ ਹੋਇਆ ਅਤੇ ਉਹੋ ਜਿਹੇ ਜ਼ੁਲਮ ਅੱਜ ਵੀ ਬਹੁਤ ਜ਼ਿਆਦਾ ਹੋ ਰਿਹਾ ਹਿੰਦੁਸਤਾਨ 'ਚ ਉਸ ਤੋਂ ਵੀ ਜ਼ਿਆਦਾ ਵੱਧ ਬਿਲਕੁਲ ਬਿਲਕੁਲ ਉਸ ਵੇਲੇ ਜਿਹੜਾ ਇਹਨਾਂ ਨੇ ਸਡੀਸ਼ਨ ਲਾਅ ਸੀਗਾ ਲਿਆਂਦਾ ਕਿ ਇਹੋ ਸਟੇਟ ਦੇ ਖਿਲਾਫ ਬਗਾਵਤ ਦਾ ਲਾਅ ਅਤੇ ਉਹ ਲਾਅ ਅੱਜ ਉਦੋਂ ਵੀ ਬੁਰੇ ਲਾਅ ਜਿਹੜੇ ਆ ਉਹ ਲਿਆਂਦੇ ਗਏ ਹੈਗੇ ਆ ਉਸ ਤੋਂ ਵੀ ਜ਼ਿਆਦਾ ਵੱਧ ਕੇ ਅਤੇ ਇਹ ਗੱਲਾਂ ਅਸੀਂ ਲੋਕਾਂ ਨੂੰ ਦੱਸਦੇ ਰਹੇ ਹਾਂ ਔਰ ਦੱਸਦੇ ਰਹਾਂਗੇ ਅਸੀਂ ਕੱਲ੍ਹ ਅਤੇ ਪਰਸੋਂ 2 ਮੀਟਿੰਗਾਂ ਕੀਤੀਆਂ ਹੈਗੀਆਂ ਇੱਕ ਇੱਥੇ ਡਮੀਨੀਅਨ ਸੈਂਟਰ ਸਾਊਥ ਹਾਲ ਦੇ ਵਿੱਚ ਅਤੇ ਦੂਸਰੀ ਆਪਣੇ ਇਲਫੋਰਟ ਦੇ ਵਿੱਚ
ਅਤੇ ਇਹ ਬੜੀ ਖੁੱਲ੍ਹ ਕੇ ਸਾਰੇ ਵਿਚਾਰ ਹੋਏ ਆ ਲੋਕਾਂ 'ਚ, ਡਿਸਕਸ਼ਨਸ ਹੋਇਆ, ਸਵਾਲ ਅਤੇ ਜਵਾਬ ਹੋਏ ਆ, ਅਤੇ ਪੂਰਾ ਹਿਸਟੋਰੀਕਲ ਕੋਨਟੈਕਸਟ ਦੇ ਵਿੱਚ ਅਸੀਂ ਦੱਸਿਆ ਕਿ ਜਲ੍ਹਿਆਂਵਾਲੇ ਬਾਗ ਦਾ ਹਾਦਸਾ ਜਾਂ ਇਹ ਘਟਨਾ ਵਾਪਰਨ ਦਾ ਕਾਰਨ ਕੀ ਸੀ, ਕਾਰਨ ਕੀ ਸੀਗਾ। ਹੁਣ ਜੇ ਤੁਸੀਂ ਮੈਨੂੰ ਅਲਾਓ ਕਰੋ ਤਾਂ ਉਹ ਕਾਰਨ ਦੇ ਵਿੱਚ ਅਸੀਂ ਜਾ ਸਕਦੇ ਹਾਂ। ਉਹ ਕਾਰਨ ਇਹ ਸੀਗਾ ਕਿ ਜਦੋਂ ਪਹਿਲੀ ਜੰਗ, ਦੁਨੀਆ ਦੀ ਵੱਡੀ ਪਹਿਲੀ ਜੰਗ ਜਿਹੜੀ ਆ ਵਰਲਡ ਵਾਰ ਲੱਗੀ ਆ, ਉਸ ਵੇਲੇ ਗਦਰ ਪਾਰਟੀ ਜਿਹੜੀ ਸੀਗੀ, ਹਿੰਦੁਸਤਾਨ ਗਦਰ ਪਾਰਟੀ ਉਹਨੂੰ ਕਹਿੰਦੇ ਸੀਗੇ, ਉਹਨਾਂ ਨੇ ਉਸ ਮੌਕੇ ਨੂੰ ਦੇਖਿਆ ਕਿ ਇਹ ਮੌਕੇ ਨੂੰ ਅਸੀਂ ਵਰਤਣਾ ਹੈ ਹਿੰਦੁਸਤਾਨ ਦੀ ਆਜ਼ਾਦੀ ਦੇ ਵਾਸਤੇ। ਉਹਨਾਂ ਨੇ ਪਹਿਲਾਂ ਹੀ ਅਨਾਲਿਸਿਸ ਕਰਦੇ ਰਹਿੰਦੇ ਸੀਗੇ, 1914 ਤੋਂ ਪਹਿਲਾਂ ਉਹਨਾਂ ਨੇ ਮਤਲਬ ਇਹੋ ਆਪਣਾ ਅਨਾਲਿਸਿਸ ਕਰ ਲਿਆ ਸੀ ਕਿ ਇਹ ਜੰਗ ਜਿਹੜੀ ਲੱਗਣੀ ਆ, ਪਰ ਉਹਨਾਂ ਦਾ ਅੰਦਾਜ਼ਾ ਥੋੜ੍ਹਾ ਕੁ ਗਲਤ ਹੋ ਗਿਆ। ਉਹ ਸਮਝਦੇ ਸੀ ਵੀ ਹਾਲੇ ਕੁਛ ਸਾਲ ਲੱਗਣਗੇ, ਅਤੇ ਪਰ ਉਹ ਇੱਕਦਮ ਵੋਰ ਜਿਹੜੀ ਹੋ ਗਈ ਲੱਗ ਗਈ ਆ। ਗਦਰ ਪਾਰਟੀ 1913 'ਚ ਬਣੀ ਆ ਔਰ 1914 ਦੇ ਵਿੱਚ ਜਿਹੜੀ ਹੈਗੀ ਆ ਇਹ ਜੰਗ ਲੱਗ ਗਈ ਆ। ਅਤੇ ਉਹ ਜਿਹੜੀ ਗਦਰ ਪਾਰਟੀ ਸੀ ਉਹਨੇ ਆਪਣਾ ਨਾਂ ਗਦਰ ਕਿਉਂ ਰੱਖਿਆ? ਗਦਰ ਪਾਰਟੀ ਉਹ ਗਦਰ ਕਿਉਂਕਿ 1857 ਦਾ ਗਦਰ ਜਿਹੜਾ ਸੀਗਾ ਅਸੀਂ ਕਹਿੰਦੇ ਉਹਨੂੰ ਅੱਗੇ ਲੈ ਕੇ ਚੱਲਦੇ ਹਾਂ। ਉਸ ਗਦਰ ਦੇ ਵਿੱਚ ਸਾਰੇ ਹਿੰਦੁਸਤਾਨੀ ਜਿਹੜੇ ਹਿੰਦੂ, ਸਿੱਖ, ਮੁਸਲਮਾਨ ਸਾਰਿਆਂ ਨੇ ਇਕੱਠੇ ਹੋ ਕੇ ਲੜਾਈ ਜਿਹੜੀ ਹੈਗੀ ਆ ਜ਼ੁਲਮ ਦੇ ਖਿਲਾਫ਼ ਕੀਤੀ ਆ ਕਿ ਹਿੰਦੁਸਤਾਨ ਸਾਡਾ ਆ, ਹਮ ਹੈ ਹਿੰਦੁਸਤਾਨ, ਹਿੰਦੁਸਤਾਨ ਹਮਾਰਾ। ਅਤੇ ਉਸ ਗੱਲ ਨੂੰ ਲੈ ਕੇ ਉਹਨੂੰ ਅੱਗੇ ਵਧਾਉਣ ਲਈ ਆਪਣੇ ਗਦਰ ਪਾਰਟੀ ਚੱਲੀ ਆ, ਔਰ ਗਦਰ ਪਾਰਟੀ ਨੂੰ ਅੱਗੇ ਵਧਾਉਣ ਲਈ ਗਾਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਜੇ ਭਗਤ ਸਿੰਘ ਹੋਣੀ ਉਸ ਗੱਲ ਨੂੰ ਅੱਗੇ ਚੱਕਿਆ ਹੈਗਾ। ਸੋ ਉਹ ਗਦਰ ਪਾਰਟੀ ਨੇ 1914 ਦੇ ਵਿੱਚ ਨਾਰਾ ਲਾ ਦਿੱਤਾ ਕਿ ਜੰਗ ਦਾ ਢੰਡੋਰਾ ਉਹਨਾਂ ਨੇ ਮਤਲਬ ਪਹਿਲਾ ਜਿਹੜਾ ਆਰਟੀਕਲ ਛਾਪਿਆ ਜਿੱਦਣ ਇਹ ਵੋਰ ਲੱਗੀ ਹੈਗੀ ਆ, ਮੇਰਾ ਖਿਆਲ ਜੁਲਾਈ 5 ਨੂੰ 1914 ਨੂੰ, ਅਤੇ ਉਸ ਉਦੋਂ ਜਿਹੜਾ ਇਹੋ ਪੇ ਉਹਨਾਂ ਦਾ ਪੇਪਰ ਜਿਹੜਾ ਉਹਦਾ ਨਾਂ ਵੀ ਗਦਰ ਹੀ ਸੀਗਾ ਪੇਪਰ ਦਾ ਨਾਂ ਵੀ, ਅਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਆ ਜੰਗ ਦਾ ਬਿਗਲ ਵਜਾ ਦਿੱਤਾ ਅਤੇ ਅਸੀਂ ਮਤਲਬ ਹੁਣ ਸਭ ਹਿੰਦੁਸਤਾਨੀਆਂ ਨੂੰ ਜਿੱਥੇ ਵੀ ਉਹ ਹੈਗੇ ਆ ਉਹਨਾਂ ਨੂੰ ਹਿੰਦੁਸਤਾਨ ਜਾਣ ਦੀ ਜਿਹੜੀ ਹੈਗੀ ਆ ਅਪੀਲ ਕਰਦੇ ਹਾਂ ਕਿ ਜਾ ਕੇ ਉੱਥੇ ਗਦਰ ਜਿਹੜਾ ਮਚਾ ਦਿਓ। ਅਤੇ ਉਹ ਗਏ ਹੈਗੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ, 8,000 ਤੋਂ ਜ਼ਿਆਦਾ ਲੋਕ ਗਦਰ ਪਾਰਟੀ ਦੇ ਮੈਂਬਰ ਆਪਣਾ ਘਰ ਬਾਰ ਵੇਚ ਕੇ ਜਾਂ ਪਾਰਟੀ ਦੇ ਹਵਾਲੇ ਕਰਕੇ, ਸੋ ਸਾਰੀ ਜਾਇਦਾਦ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਵੱਡੇ ਫਾਰਮਰ, ਇੱਕ ਜਿਹਨੂੰ ਪੋਟੇਟੋ ਦਾ ਕਿੰਗ ਕਹਿੰਦੇ ਸੀ, ਪੋਟੇਟੋ ਕਿੰਗ, ਉਹ ਵੀ ਮੰਨ ਲਓ ਆਪਣਾ ਸਾਰਾ ਕੁਝ ਦੇ ਕੇ ਅਤੇ ਆਪਣੇ ਹਿੰਦੁਸਤਾਨ ਗਿਆ ਹੈਗਾ। ਅਤੇ ਉਹਨਾਂ ਨੇ ਜਾ ਕੇ ਆਰਮੀ ਦੇ ਵਿੱਚ ਬਗਾਵਤਾਂ ਕਰਵਾਉਣ ਦੀਆਂ ਜਿਹੜੀਆਂ ਹੈਗੀਆਂ ਕੋਸ਼ਿਸ਼ਾਂ ਕੀਤੀਆਂ, ਕਾਫੀ ਆਰਮੀ ਦੀਆਂ ਜਿਹੜੀਆਂ ਪਾਰਟੀਆਂ ਉਹਨਾਂ ਨੇ ਮਤਲਬ ਵਾਅਦਾ ਕੀਤਾ ਕਿ ਅਸੀਂ ਜਿਸ ਜਦੋਂ ਵੀ ਤੁਸੀਂ ਕਾਲ ਦਿਓਗੇ, ਜਿਹੜੀ ਡੇਟ ਮਿੱਥੋਗੇ, ਅਸੀਂ ਉਸ ਦਿਨ ਬਗਾਵਤ ਕਰਾਂਗੇ ਔਰ ਅਸੀਂ ਆਪਣੇ ਹਥਿਆਰ ਜਿਹੜੇ ਛੋਟੀਆਂ ਛੋਟੀਆਂ ਬਗਾਵਤਾਂ ਸਾਰੇ ਪਾਸੇ ਹੁੰਦੀਆਂ ਸੀ, ਕਿਉਂਕਿ ਜਿਹੜੀ ਵੋਰ ਸੀ, ਵੋਰ ਦੇ ਵਿੱਚ ਤਾਂ ਮੋਰ ਦੈਨ ਅ ਮਿਲੀਅਨ ਪੀਪਲ ਵੈਂਟ, ਉਹਦੇ ਉਹ ਇੰਨੇ ਮਿਲੀਅਨ ਗਏ ਆ, ਅਤੇ ਰਿਜ਼ਲਟ ਕੀ ਹੋਇਆ? ਸਾਨੂੰ ਕੀ ਮਿਲਿਆ? ਭੁੱਖ, ਫੈਮਿਨ ਮਿਲਿਆ, ਟੈਕਸੇਸ਼ਨ ਜ਼ਿਆਦਾ ਲੱਗ ਗਈ, ਕੁਛ ਨਹੀਂ, ਗਰੀਬੀ ਇਤਨੀ ਜ਼ਿਆਦਾ ਹੋ ਗਈ ਸੀ ਅਤੇ ਕੁਛ ਨਹੀਂ ਮਿਲਿਆ। ਪਰ ਉਸ ਵੇਲੇ ਨਾ ਉਸ ਵੇਲੇ ਇੰਡੀਪੈਂਡੈਂਸ ਨਹੀਂ ਸੀ ਮੰਗਦੇ ਪਏ, ਉਸ ਵੇਲੇ ਹੋਮ ਰੂਲ ਮੰਗਦੇ ਪਏ ਸੀ ਕਿ ਸਾਨੂੰ ਹੋਮ ਰੂਲ ਚਾਹੀਦਾ। ਪਰ ਜਿਹੜੀ ਗਵਰਨਮੈਂਟ ਸੀ ਉਹ ਇੰਨੀ ਡਰ ਗਈ ਕਿ ਇਹ ਤਾਂ ਬਗਾਵਤ ਹੋ ਜਾਏਗੀ, 1857 ਦੀ ਬਗਾਵਤ ਹੋ ਜਾਏਗੀ, ਇਸ ਕਰਕੇ ਉਹਨਾਂ ਨੇ ਨਾ ਬੜੇ ਕਰੂਅਲ ਲੋਜ਼, ਡਰਕੋਨੀਅਨ ਲੋਜ਼ ਲਿਆ ਦਿੱਤੇ ਕਿ ਇਹਨਾਂ ਨੂੰ ਇਹ ਮਿਲ ਹੀ ਨਾ ਸਕਣ। ਅਤੇ ਖਾਸ ਕਰਕੇ ਜਿਹੜਾ ਰੋਲਟ ਐਕਟ ਆਇਆ ਉਹਦੇ ਨਾਲ ਇਹ ਸੀਗਾ ਕਿ ਜਿਹੜਾ ਜਿਹਦੇ ਮਰਜ਼ੀ ਨਾਲ ਅਸੀਂ ਫੜ ਲਓ, ਫੜ ਕੇ 2 ਸਾਲ ਵਾਸਤੇ ਤੁਸੀਂ ਜੇਲ੍ਹ ਪਾ ਲਓ, ਫਿਰ ਕੋਈ ਕੋਰਟ ਵੀ ਜਾਣ ਦੀ ਲੋੜ ਹੀ ਨਹੀਂ ਹੈ, ਨਹੀਂ ਲੋੜ ਹੈ, ਸਾਨੂੰ ਲੋੜ ਹੀ ਨਹੀਂ, ਉਹ ਬੈਠਾ ਭਾਵੇਂ ਜਿੰਨੀ ਦੇਰ ਮਰਜ਼ੀ ਸੜਦੇ ਰਹਿਣ। ਸੋ 4-5 ਬੰਦੇ ਇਕੱਠੇ ਹੋ ਕੇ ਤੁਸੀਂ ਮੀਟਿੰਗ ਨਹੀਂ ਕਰ ਸਕਦੇ। ਸੋ ਇਹੋ ਜਿਹਾ ਜਿਸ ਵੇਲੇ ਲੋਅ ਪਾਸ ਹੋ ਗਏ ਅਤੇ ਫਿਰ ਲੋਕਾਂ ਨੇ ਖਾਪਾ ਨਹੀਂ ਸੀ ਨਾ, ਫਿਰ ਉਹ ਕੀ ਕਰਦੇ? ਪਰ ਮੈਂ ਇਹ ਕਹਿੰਦੀ ਪਈ ਹਾਂ
ਪਰ ਕਹਿ ਕੇ ਜੇ ਅਸੀਂ ਕੰਪੇਅਰ ਕਰੀਏ ਤਾਂ ਇੰਡੀਅਨ ਗਵਰਨਮੈਂਟ ਨੇ ਵੀ ਉਹੀ ਲੋਅ ਪਾਸ ਕੀਤੀ ਇਹੀ ਦੱਸਦੇ ਸੀ ਨਾ ਭਾਜੀ ਨੇ ਵੀ ਦੱਸਿਆ ਦਫਾ 144 ਸੀਗੀ ਮੈਨੂੰ ਯਾਦ ਹੈ ਮੇਰੇ ਫਾਦਰ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਮੇਰੇ ਫਾਦਰ ਨੂੰ ਫੜ ਕੇ ਲੈ ਕੇ ਗਏ ਜਿਸ ਦਿਨ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਸੈਕਟਰ ਕੰਮ ਰੁਕਾਉਣਾ ਚਾਹੁੰਦੇ ਸਨ ਲੈ ਕੇ ਗਏ ਜੇਲ੍ਹ ਵਿੱਚ ਅਤੇ ਉਹ ਮਾਸਟਰਾਂ ਨੇ ਕਿਹਾ ਮਾਸਟਰ ਤਾਰਾ ਸਿੰਘ ਸੀ ਨਾ ਲੀਡਰ ਅਤੇ ਉਹਨਾਂ ਨੇ ਕਿਹਾ ਕਿ ਕੰਮ ਰੁਕ ਜਾਏਗਾ ਤੂੰ ਬਾਹਰ ਆ ਉਹ ਜ਼ਮਾਨਤ ਕਿਸੇ ਨਹੀਂ ਕੋਈ ਨਹੀਂ ਸੀ ਦਿੰਦਾ ਹੁੰਦਾ ਖੁੱਲ੍ਹੇ ਜਾਂਦੇ ਹੁੰਦੇ ਸੀ ਇਹਨਾਂ ਦੀ ਜ਼ਮਾਨਤ ਦਵਾ ਕੇ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਕੰਮ ਰੁਕ ਜਾਏਗਾ ਹਜ਼ਾਰਾਂ ਉੱਥੇ ਮੁਲਾਜ਼ਮ ਉਹਨਾਂ ਨੇ ਤਨਖਾਹਾਂ ਲੈਣੀਆਂ ਇਹਨਾਂ ਨੇ ਸਿਗਨੇਚਰ ਉਹ ਲੈ ਕੇ ਆਏ ਉਹ ਜ਼ਮਾਨਤ ਦੇ ਕੇ ਆਏ ਨੇ ਅਜੇ ਟਾਂਗੇ ਤੋਂ ਉਤਰ ਕੇ ਆਫਿਸ ਚੱਲੇ ਨੇ ਉਹਨਾਂ ਨੂੰ ਫਿਰ ਫੜ ਲਿਆ ਮੇਰੇ ਫਾਦਰ ਨੇ ਪੁੱਛਿਆ ਹੁਣ ਕੀ ਗੱਲ ਹੋ ਗਈ ਮੈਨੂੰ ਕਿਉਂ ਫੜਦੇ ਪਏ ਜੇ ਤੁਸੀਂ ਕੱਲ੍ਹ ਨਾ ਉੱਥੇ ਲੈਕਚਰ ਦਿੰਦੇ ਪਏ ਸੀ ਕਹਿੰਦੇ ਕਿੱਥੇ ਫਲਾਣੇ ਨਾਂ ਲੈ ਕੇ ਕਹਿੰਦੇ ਮੈਂ ਤਾਂ ਕੱਲ੍ਹ ਜੇਲ੍ਹ 'ਚ ਬੈਠਾ ਸੀ ਤੁਸੀਂ ਆਪਣੇ ਪੇਪਰ ਦੇਖ ਲਓ ਬਸ ਕੋਈ ਬਹਾਨਾ ਮਾਰ ਕੇ ਅਰੈਸਟ ਕਰ ਲਓ ਜਿੰਨੂੰ ਮਰਜ਼ੀ ਉਹ ਤੇ ਉਹਨਾਂ ਨੂੰ ਇਹ ਵੀ ਨਹੀਂ ਲੋੜ ਸੀ ਕਹਿਣ ਦੀ ਕਿ ਅਸੀਂ ਤੁਹਾਨੂੰ ਕਿਉਂ ਫੜਦੇ ਪਏ ਆ ਇੰਡੀਅਨ ਗਵਰਨਮੈਂਟ ਨੇ ਪਾਇਆ ਜਿਸ ਤਰ੍ਹਾਂ ਕੋ ਸ਼ੇਰ ਕਹਿੰਦਾ ਬੱਕਰੀ ਨੂੰ ਕਿ ਤੂੰ ਆਪਣਾ ਮੇਰਾ ਪਾਣੀ ਗੰਦਾ ਕਰਦਾ ਵੀ ਮੈਂ ਤਾਂ ਜਿੱਧਰ ਨੂੰ ਪਾਣੀ ਆਉਂਦਾ ਆ ਤੇਰੇ ਵੱਲੋਂ ਮੈਂ ਤਾਂ ਉੱਧਰ ਹਾਂ ਉਹ ਮੰਨ ਲਓ ਕੋਈ ਨਾ ਕੋਈ ਬਹਾਨਾ ਬਣਾਉਣਾ ਹੁੰਦਾ ਮੈਂ ਆਪਣੀ ਐਗਜ਼ਾਮਪਲ ਇੱਥੇ ਦਿੰਦਾ ਇੱਕ ਅਸੀਂ ਆਪਣੇ ਕਾਫੀ ਦੇਰ ਤੋਂ ਐਕਟਿਵ ਹੈਗੇ ਹਾਂ ਪੋਲੀਟੀਕਲੀ ਅਸੀਂ ਆਪਣੇ ਨਸਲਵਾਦ ਦੇ ਖਿਲਾਫ ਇੱਥੇ ਲੀਫਲੈਟ ਬਣ ਰਹੇ ਸੀਗੇ ਅਪਟਨ ਪਾਰਕ ਮਾਰਕੀਟ ਦੇ ਵਿੱਚ ਅਤੇ ਪੁਲਿਸਮੈਨ ਆਇਆ ਕਿ ਇਹ ਲਾਅ ਦੇ ਮੁਤਾਬਕ ਤੁਸੀਂ ਇੱਕ ਜਗ੍ਹਾ ਖੜ ਕੇ ਲੀਫਲੈਟ ਨਹੀਂ ਬਣ ਸਕਦੇ ਤੁਸੀਂ ਇੱਧਰ ਤੁਰ ਫਿਰ ਕੇ ਚਲੋ ਮੈਂ ਉਹ ਤੁਰ ਫਿਰ ਕੇ ਕਰਨ ਲੱਗ ਪਿਆ ਫਿਰ ਵੀ ਉਹ ਆ ਗਿਆ ਕਹਿੰਦਾ ਨਹੀਂ ਤੂੰ ਖੜਾ ਹੋਇਆ ਸੀ ਔਰ ਮੈਨੂੰ ਰੈਸਟ ਕਰਕੇ ਸੋ ਐਨੀ ਵੇ ਉਹ ਕੋਈ ਬਹਾਨਾ ਬਣਾਉਣਾ ਹੁੰਦਾ ਮੈਂ ਗੱਲ ਦੱਸਦਾ ਸੀ ਕਿ ਬੈਕਗਰਾਊਂਡ ਕੀ ਆ ਉਹ ਬੈਕਗਰਾਊਂਡ ਇਹੋ ਹੀ ਸੀਗੀ ਕਿ ਗਦਰ ਪਾਰਟੀ ਦੇ ਖਿਲਾਫ ਉਸ ਵੇਲੇ ਉਹਨਾਂ ਨੇ ਐਮਰਜੈਂਸੀ ਕਾਨੂੰਨ ਜਿਹੜੇ ਉਹ ਬਣਾਏ ਸੀਗੇ ਅਤੇ ਉਹ ਕਾਨੂੰਨ ਦੇ ਮੁਤਾਬਕ ਜਿਨ੍ਹਾਂ ਜਿੱਦਾਂ ਇਹਨਾਂ ਨੇ ਵੀ ਦੱਸਿਆ ਹੈਗਾ ਕਿ ਕਿਸੇ ਨੂੰ ਵੀ ਵਿਦਾਊਟ ਵਾਰਨਿੰਗ ਜਿਹੜਾ ਹੈਗਾ ਅਰੈਸਟ ਕੀਤਾ ਜਾ ਸਕਦਾ ਆ ਉਹਦੇ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਇਨ ਕੈਮਰਾ ਕੋਈ ਮਤਲਬ ਗਵਾਹ ਦੀ ਲੋੜ ਨਹੀਂ ਲੋਕੀ ਡਰਦੇ ਹੀ ਸੀ ਨਾ ਫਿਰ ਉਦੋਂ ਉਹ ਜਿਹੜਾ ਲਾਅ ਸੀਗੇ ਨਾ ਉਹ ਲਾਅ ਵਾਰ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਉਹ ਜਿਹੜੇ ਆ ਖਤਮ ਹੋ ਜਾਣੇ ਸੀਗੇ ਔਰ ਉਹ ਕਾਨੂੰਨਾਂ ਨੂੰ ਚਾਲੂ ਰੱਖਣ ਦੇ ਵਾਸਤੇ ਉਹਨਾਂ ਨੇ ਫਿਰ ਇਹ ਰੋਲਟ ਐਕਟ ਜਿਹੜਾ ਲਿਆਂਦਾ ਹੈਗਾ ਐਗਜੈਕਟਲੀ ਉਹ ਹੀ ਗੱਲਾਂ ਜਿਹੜੀਆਂ ਐਮਰਜੈਂਸੀ ਦੇ ਬਾਰੇ ਸੀਗੀਆਂ ਉਹ ਉਹੋ ਹੀ ਗੱਲਾਂ ਉਹੋ ਹੀ ਲਾਅ ਜਿਹੜਾ ਹੈਗਾ ਰੋਲਟ ਉਦੋਂ ਵੀ ਵਧਾ ਚੜਾ ਕੇ ਪੀਸਫੁਲ ਟਾਈਮ ਸੀ ਨਾ ਅਤੇ ਉਹਨਾਂ ਜਿਸਲੇ ਦੇਖਿਆ ਤਾਂ ਜਿਨਾਹ ਵਾਜ਼ ਅ ਮੈਂਬਰ ਬੰਬੇ ਹੀ ਰਿਜ਼ਾਈਨਡ ਹੀ ਸੇਜ਼ ਕਿ ਇਹੋ ਜਿਹਾ ਲਾਅ ਜਿਹੜਾ ਪਾਸ ਕਰ ਸਕਦਾ ਦੇ ਕੈਨ ਨਾਟ ਬੀ ਕੋਲਡ ਅ ਸਿਵਲਾਈਜ਼ਡ ਗਵਰਨਮੈਂਟ ਮੈਂ ਉਸ ਗਵਰਨਮੈਂਟ ਦਾ ਮੈਂਬਰ ਨਹੀਂ ਬਣਨਾ ਉਹਨੇ ਰਿਜ਼ਾਈਨ ਕਰ ਦਿੱਤਾ ਸਾਰੇ ਪਾਸੇ ਖੱਪ ਪਈ ਲੋਕਾਂ ਨੇ ਵੀ ਖੱਪ ਪਾਈ ਪ੍ਰੋਟੈਸਟ ਕੀਤੇ ਗਵਰਨਮੈਂਟ ਨੇ ਵੀ ਗੋਲੀਆਂ ਚਲਾਤੀਆਂ ਕਾਫੀ ਮਰ ਗਏ 4-5 ਬ੍ਰਿਟਿਸ਼ ਵੀ ਮਰੇ ਬਸ ਜਿਸ ਵੇਲੇ ਬ੍ਰਿਟਿਸ਼ ਮਰੇ ਨਾ ਉਹ ਤਾਂ ਫਿਰ ਡਾਇਰ ਨੂੰ ਅੱਗ ਲੱਗ ਗਈ ਅਤੇ ਡਾਇਰ ਸੀਗਾ ਜਨਰਲ ਕਰਨਲ ਡਾਇਰ ਅਤੇ ਜਿਹੜਾ ਪੰਜਾਬ ਦਾ ਸੀਗਾ ਉਹ ਸੀਗਾ ਓ ਡਵਾਇਰ ਕਈ ਵਾਰੀ ਨਾ ਗਲਤੀ ਹੋ ਜਾਂਦੀ ਹੈ ਉਹਨੇ ਓ ਡਵਾਇਰ ਨੇ ਉਹ ਡਾਇਰ ਨੂੰ ਹੁਕਮ ਦੇ ਦਿੱਤਾ ਕਿ ਹਾਂ 12:30 13 April ਨੂੰ 12:30 ਜਨਰਲ ਡਾਇਰ ਨੂੰ ਪਤਾ ਲੱਗਾ ਕਿ ਉੱਥੇ ਮੀਟਿੰਗ ਹੋ ਰਹੀ ਹੈ ਜਲਿਆਂਵਾਲੇ ਬਾਗ ਵਿੱਚ 4:30 ਮੀਟਿੰਗ ਹੈ ਅਤੇ ਉਹ ਮੀਟਿੰਗ ਵਿੱਚ ਉਸ ਦਿਨ ਵਿਸਾਖੀ ਸੀ ਹੁਣ ਵਿਸਾਖੀ ਦੇ ਵਿੱਚ ਲੋਕ ਸਾਰੇ ਗੁਰਦੁਆਰੇ ਗਏ ਸੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਉੱਥੋਂ ਨਾ ਅੱਗੇ ਵੀ ਨਵੀਂ ਗੱਲ ਨਹੀਂ ਉਸ ਦਿਨ ਕਿਉਂਕਿ ਬੜੀ ਭੀੜ ਹੁੰਦੀ ਹੈ ਵਿਸਾਖੀ ਵਾਲੇ ਦਿਨ ਮੈਨੂੰ ਅਜੇ ਤੱਕ ਯਾਦ ਹੈ ਉਹ ਡੰਡੇ ਲੈ ਕੇ ਨਾ ਸੇਵਾਦਾਰ ਖੜ੍ਹੇ ਹੁੰਦੇ ਆ ਸਟੋਪ ਕਰਦੇ ਆ ਫਿਰ ਉਹ ਜਾਂਦਾ ਅਤੇ ਨੈਕਸਟ ਬੈਚ ਆਉਂਦਾ ਅਤੇ ਨੈਕਸਟ ਉਹ ਲੋਕ ਫਿਰ ਉੱਥੋਂ ਆ ਕੇ ਅਤੇ ਬਾਗ ਵਿੱਚ ਬੈਠ ਜਾਂਦੇ ਨੇ ਗੱਪਸ਼ੱਪ ਮਾਰਦੇ ਨੇ ਫਿਰ ਉਹਨਾਂ ਨੇ 2 ਨਾ ਉੱਥੇ ਬੜਾ ਵੱਡਾ ਕੈਟਲ ਮਾਰਕੀਟ ਹੁੰਦੀ ਹੈ ਜਿਹਦੇ 'ਚ ਹੋਰਸਿਸ ਅਤੇ ਕੈਟਲ ਦਾ ਐਕਸਚੇਂਜ ਬਾਇੰਗ ਸੈਲਿੰਗ ਬਿਜ਼ਨਸ ਹੁੰਦਾ ਉਹਨਾਂ ਨੇ 2 ਬੰਦ ਕਰਤੀ ਉਹ ਵੀ ਸਾਰੇ ਮੋਸਟਲੀ ਪੰਜਾਬੀ ਸਿੱਖ ਹੀ ਸਨ ਉਹ ਵੀ ਪਾਰਕ ਵਿੱਚ ਆ ਗਏ ਚਲੋ ਉੱਥੇ ਮੀਟਿੰਗ ਹੋ ਰਹੀ ਜਾ ਰਿਹਾ ਉੱਥੇ ਮੇਰੇ ਫਾਦਰ ਸਨ ਉਹ 14 ਦੇ ਸਨ ਅਤੇ ਉਹ ਸਟੂਡੈਂਟ ਸਨ ਨਾ ਉਹਨਾਂ ਨੇ ਮੈਟ੍ਰਿਕ ਕੀਤੀ ਸੀਗੀ ਅਤੇ ਉਹ ਸਾਰਿਆਂ ਦੇ ਨਾਲ ਗਏ ਉਸ 'ਤੇ ਕਹਿੰਦੇ ਚਲੋ ਚੱਲ ਕਹਿੰਦਾ ਨਿਊਜ਼ ਲਾਈਏ ਉੱਥੇ ਪੱਤਰਕਾਰ ਅਕਾਲੀ ਪੱਤਰਕਾਰ ਕੇ ਕਿਹੜਾ ਹੁੰਦੀ ਸੀ ਨਿਊਜ਼ ਅਤੇ ਉਹਨਾਂ ਨੂੰ ਜਾ ਕੇ ਨਾ ਰਿਪੋਰਟਰ ਵਾਂਗੂ ਨਿਊਜ਼ ਵਗੈਰਾ ਦਿੰਦੇ ਸੀ ਉਹ ਵੀ ਉੱਥੇ ਗਏ ਅਤੇ ਕਿਸੇ ਨੇ ਵਾਰਨਿੰਗ ਨਹੀਂ ਦਿੱਤੀ
ਕੋਈ ਵੋ ਨਹੀਂ ਨਹੀਂ ਦਿੱਤੀ ਪਰ ਜਦ ਉਹਨਾਂ ਨੂੰ ਸੋਰੀ ਜਦ ਉਹਨਾਂ ਨੂੰ ਪਤਾ ਸੀ ਕਿ ਮੋਰ ਦੈਨ 4 ਪੀਪਲ ਨੋ ਨੋ ਉਹ ਨਹੀਂ ਸੀਗਾ ਨਾ ਕਿ ਉੱਥੇ ਮੀਟਿੰਗ ਕਰ ਸਕਦੇ ਸੀ ਪਰ ਉਸੇ ਦਿਨ ਹੀ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਕੋਈ ਚਾਰ ਬੰਦਿਆਂ ਤੋਂ ਜ਼ਿਆਦਾ ਮੀਟਿੰਗ ਨਹੀਂ ਕਰ ਸਕਦੇ ਪਰ ਪਬਲਿਕ ਨੂੰ ਪਤਾ ਹੀ ਨਹੀਂ ਉਸੇ ਦਿਨ ਦੀ ਗੱਲ ਹੈ ਉਸੇ ਦਿਨ ਦੀ ਪਬਲਿਕ ਨੂੰ ਤਾਂ ਮੈਸੇਜ ਹੀ ਨਹੀਂ ਮਿਲਿਆ ਪਬਲਿਕ ਨੂੰ ਤਾਂ ਪਤਾ ਹੀ ਨਹੀਂ ਮੈਂ ਨਾ ਹੁਣ ਅਸੀਂ ਵੀ ਕੋਈ ਕੰਸਟ੍ਰੇਟ ਮੋਸਟਲੀ ਔਨ ਦੀ ਜਨਰਲ ਬਾਗ ਉੱਪਰ ਆਪਾਂ ਗੱਲ ਕਰਦੇ ਹਾਂ ਬਿਕੋਜ਼ ਆਈ ਐਮ ਟੂ ਸਟ੍ਰਿਕਟ ਟੂ ਦ ਸਬਜੈਕਟ ਕਿ ਬਹੁਤ ਇੰਪੋਰਟੈਂਟ ਹੈ ਆਪਣੇ ਬੱਚਿਆਂ ਨੂੰ ਪਤਾ ਲੱਗੇ ਇਹ ਲੱਕੀਲੀ ਨਾ ਬਿਕੋਜ਼ ਪੈਂਜੀ ਟੀ ਵੀ 'ਤੇ ਦੇਖਣਾ ਗੱਲ ਕਰਨੀ ਔਰ ਹਕੀਕਤ ਉਹ ਜਗ੍ਹਾ ਵਿਜ਼ਿਟ ਕਰਨੀ ਬੰਦੇ ਦੇ ਲੋਟੇ ਖੜ੍ਹੇ ਹੋ ਜਾਂਦੇ ਨੇ ਅਬ ਚੌਂਕਿ ਤੁਸੀਂ ਮੈਂ ਸਦੀਕੀ ਖਾਨ ਕੱਲ੍ਹ ਗੱਲ ਕਰ ਰਹੇ ਸੀਗੇ ਇਨਫੈਕਟ ਤੁਸੀਂ ਵੀ ਦੱਸਿਆ ਕਿ ਉੱਥੇ ਜਾ ਕੇ ਆਏ ਹੋ ਉਹ ਕਹਿੰਦਾ ਜਦੋਂ ਮੈਂ ਉੱਥੇ ਗਿਆ ਨਾ ਮੇਰੇ ਅੱਖਾਂ 'ਚ ਹੰਝੂ ਸੀਗੇ ਕਿ ਮੈਨੂੰ ਦੇਖ ਕੇ ਮੈਂ ਸੋਚ ਨਹੀਂ ਸੀ ਸਕਦਾ ਕਿ ਉਹ ਜਿਹੜੀਆਂ ਗਲੀਆਂ ਬਾਹਰ ਜਾਂਦੀਆਂ ਨੇ ਐਗਜ਼ਿਟ ਜਿਹੜੀਆਂ ਇੰਨੀਆਂ ਭੀੜੀਆਂ ਕਿ ਇੱਕ ਬੰਦਾ ਮਸਾਂ ਪਾਸ ਹੋ ਸਕਦਾ ਇੱਕ ਪਾਸੇ ਬੁਲਟ ਫਾਇਰਿੰਗ ਹੋ ਰਹੀ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਹਜ਼ਾਰਾਂ ਦੀ ਤਾਦਾਦ ਵਿੱਚ ਬੰਦੇ ਮਾਰੇ ਗਏ ਇਹਨੂੰ ਵੱਡੀ ਗੱਲ ਪੈਂਦੀ ਜਿਹੜਾ ਮੈਨੂੰ ਬਹੁਤ ਇੰਪੋਰਟੈਂਟ ਹੈਗਾ ਇਹਨੂੰ ਸਿਰਫ ਬੰਦੇ ਅਨਆਰਮਡ ਬੰਦੇ ਅਨਆਰਮਡ ਬੰਦੇ ਸਾਰੇ ਜਿਹੜੇ ਸੀ ਗੁਰਦੁਆਰਿਆਂ ਤੋਂ ਆਉਂਦੇ ਪਏ ਸੀ ਮੱਥਾ ਟੇਕ ਕੇ ਕਰਕੇ ਅਤੇ ਜੇ ਇੰਜੋਇਮੈਂਟ ਡੇ ਉਹਨਾਂ ਦਾ ਸੀ ਵਿਸਾਖੀ ਦਾ ਦਿਨ ਸੀ ਅਤੇ ਉਹਦਾ ਫਰਜ਼ ਹੁੰਦਾ ਕਿ ਉਹਨਾਂ ਨੂੰ ਕੋਈ ਡਿਸਪਰਸ ਹੋ ਜਾਓ ਬਿਲਕੁਲ ਪਹਿਲੇ ਕਹਿੰਦੇ ਡਿਸਪਰਸ ਹੋ ਜਾਓ ਦੇ ਕੁਡ ਸੈ ਕਿ ਨਿਕਲ ਜਾਇਆ ਇੱਥੋਂ ਇੰਨੇ ਵਜੇ ਤੱਕ ਨਹੀਂ ਨਿਕਲੋਗੇ ਫਿਰ ਕੁਛ ਨਹੀਂ ਕਿਹਾ ਕੁਛ ਨਹੀਂ ਕਿਹਾ ਉਹ ਪਿੱਛੋਂ ਜਿਸਲੇ ਉਹਨੂੰ ਡਾਇਰ ਨੂੰ ਪੁੱਛਿਆ ਨਾ ਉਹ ਕਹਿੰਦਾ ਹਾਂ ਮੈਂ ਡਿਸਪਰਸ ਕਰ ਸਕਦਾ ਸੀ ਪਰ ਮੈਂ ਕਰਦਾ ਕਿ ਮੈਂ ਕਰਾ ਸਕਦਾ ਹਾਂ ਉਹ ਕਹਿੰਦਾ ਮੈਂ ਡਿਸਪਰਸ ਕਰ ਸਕਦਾ ਸੀ ਕਰਾਊਡ ਨੂੰ ਟਾਈਮ ਦੇ ਸਕਦਾ ਸੀ ਨਿਕਲ ਜਾਓ ਪਰ ਮੈਂ ਜਾਣ ਕੇ ਨਹੀਂ ਕੀਤਾ ਮੈਂ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਕਿਉਂਕਿ ਜੇ ਨਾ ਮੈਂ ਸਬਕ ਸਿਖਾਉਂਦਾ ਫਿਰ ਇਹਨਾਂ ਨੇ ਕੱਲ੍ਹ ਨੂੰ ਫਿਰ ਆ ਕੇ ਮੇਰਾ ਮੈਨੂੰ ਫੂਲ ਬਣਾਉਣਾ ਉਹਨੂੰ ਕੋਈ ਸ਼ਰਮ ਨਹੀਂ ਸੀ ਉਹਨੇ ਸਿੱਧਾ ਕਿਹਾ ਕਿ ਮੈਂ ਕਰ ਸਕਦਾ ਸੀ ਮੈਂ ਜਾਣ ਕੇ ਨਹੀਂ ਕੀਤਾ ਫਿਰ ਜੇ ਤੁਸੀਂ ਪੜ੍ਹੋ ਨਾ ਚਰਚਲ ਦਾ ਉਹਨੇ ਲਿਖਿਆ ਮੋਨਸਟਰਸ ਅਤੇ ਉਹ ਅਕਾਊਂਟ ਦੱਸਦਾ ਕਹਿੰਦਾ ਕਿ ਗੋਲੀਆਂ ਮਾਰਦੇ ਪਏ ਸੀ ਚਾਰ ਪੰਜ ਉੱਥੇ ਗੇਟਸ ਆ ਇੱਕ ਜਰਾ ਕੁ ਵੱਡਾ ਜਿਹਦੇ ਤਿੰਨ ਕੁ ਬੰਦੇ ਐਟ ਦ ਟਾਈਮ ਨਿਕਲ ਸਕਦੇ ਦੂਜੇ ਛੋਟੇ ਛੋਟੇ ਤਾਂ ਮੋਸਟਲੀ ਬੰਦ ਹੁੰਦੇ ਸੀ ਅਤੇ ਉੱਥੋਂ ਗੋਲੀਆਂ ਉਹਨਾਂ ਨੇ ਜਿਸਲੇ ਮਾਰਨੀਆਂ ਸ਼ੁਰੂ ਕੀਤੀਆਂ ਅਤੇ ਇੱਕਦਮ ਲੋਕਾਂ ਨੇ ਕਹਿੰਦਾ ਭੱਜੇ ਜੇ ਖੱਬੇ ਨੂੰ ਗਏ ਉਹਨਾਂ ਨੇ ਖੱਬੇ ਨੂੰ ਗੋਲੀਆਂ ਮਾਰੀਆਂ ਜੋ ਸੱਜੇ ਗਏ ਉਹਨਾਂ ਨੇ ਸੱਜੇ ਨੂੰ ਗੋਲੀਆਂ ਮਾਰੀਆਂ ਜੋ ਕਹਿੰਦੇ ਉਹ ਲੰਮੇ ਮੈਂ ਗਏ ਉੱਥੇ ਗੋਲੀਆਂ ਮਾਰੀਆਂ ਕੰਧਾਂ 'ਤੇ ਐਸਕੇਪ ਹੁੰਦਿਆਂ ਦੇ ਗੋਲੀਆਂ ਮਾਰੀਆਂ ਮੇਰੇ ਫਾਦਰ ਦੱਸਦੇ ਸਨ ਕਹਿੰਦੇ ਅਸੀਂ ਮੁੰਡੇ ਸੀ ਪੰਜ ਛੇ ਜਿਸਲੇ ਦੇਖਿਆ ਗੋਲੀਆਂ ਵੱਜਣ ਲੱਗੀਆਂ ਅਤੇ ਅਸੀਂ ਇੱਕ ਦੂਜੇ ਦੀ ਪਿੱਠ 'ਤੇ ਖੜ੍ਹੇ ਹੋ ਗਏ ਕੰਧ ਦਸ ਫੁੱਟ ਲੰਮੀ ਕੰਧ ਹਾਈ ਕੰਧ ਸੀ ਨਾ ਅਤੇ ਕੋਈ ਉੱਥੇ ਜਾ ਨਹੀਂ ਸਕਦਾ ਸੀ ਕਹਿੰਦੇ ਅਸੀਂ ਬੱਚਿਆਂ ਅਤੇ ਜਨਾਨੀਆਂ ਨੇ ਚੁੱਕ ਚੁੱਕ ਕੇ ਬਾਹਰ ਸੁੱਟਣਾ ਕੀਤਾ ਕਹਿੰਦਾ ਇੰਨੀ ਧੁੰਦ ਹੋ ਗਈ ਇੰਨੀ ਧੁੰਦ ਹੋ ਗਈ ਗੋਲੀਆਂ 1600 ਤੋਂ ਜ਼ਿਆਦਾ ਕਹਿੰਦੇ ਯੂ ਕੁਡਨ ਸੀ ਐਨੀਥਿੰਗ ਅਤੇ ਆਲੇ ਦੁਆਲੇ ਦੇ ਬੱਚੇ ਬੁੱਢੇ ਬਜ਼ੁਰਗ ਸਨ ਉਹ ਕਹਿੰਦੇ ਮੁੰਡਿਓ ਭੱਜ ਜਾਓ ਮੁੰਡਿਓ ਭੱਜ ਜਾਓ ਮੈਂ ਪੁੱਛਿਆ ਨਾ ਵੀ ਤੁਸੀਂ ਕਿਸ ਤਰ੍ਹਾਂ ਬੱਚੇ ਉਹਨਾਂ ਨੇ ਕਹਿੰਦੇ ਫਿਰ ਅਸੀਂ ਆਪ ਕੰਨਾ ਟੱਪ ਪਰ ਪੰਜੀ ਵੱਡੀ ਦੁੱਖ ਪਤਾ ਕੀ ਹੋ ਰਿਹਾ ਪਹਿਲੀ ਗੱਲ ਤਾਂ ਬਹੁਤ ਬੇਇਨਸਾਫੀ ਹੈ ਜ਼ਬਰਦਸਤ ਬੇਇਨਸਾਫੀ ਹੈ ਅਤੇ ਦੂਸਰੀ ਗੱਲ ਕਿ ਨਾ ਉਹ ਆਪਣੇ ਆਪ ਨੂੰ ਸਿਰਫ ਡਿਫੈਂਡ ਕਰ ਰਹੇ ਸੀ ਉਹ ਤਾਂ ਉਹ ਕੁਛ ਫਾਈਟ ਵੀ ਨਹੀਂ ਸੀ ਕਰ ਰਹੇ ਅਗੇਂਸਟ ਬਿਲਕੁਲ ਹਾਂ ਜੇ ਤਾਂ ਵੀ ਨਾ ਕਿ ਉਹ ਪ੍ਰੋਟੈਸਟ ਕਰਕੇ ਫਾਈਟ ਕਰਦੇ ਸੀ ਉਹ ਵੀ ਚੀਜ਼ਾਂ ਥਰੋ ਕਰਦੇ ਸੀਗੇ ਅਤੇ ਉਹਨਾਂ ਨੂੰ ਮਾਰਨੇ ਪਏ ਬਿਕੋਜ਼ ਉਹ ਡਿਫੈਂਸਲੈਸ ਹੋ ਰਹੇ ਸੀਗੇ ਹਾਂ ਮਤਲਬ ਜਿਹੜੀ ਹੈਗੀ ਹੈ ਇੱਥੇ ਮੈਂ ਐਡ ਕਰਨਾ ਚਾਹੁੰਦਾ ਹਾਂ ਕਿ ਜਲਿਆਂਵਾਲੇ ਬਾਗ ਦੇ ਵਿੱਚ ਜਿਹੜੇ ਮਤਲਬ ਇਹੋ ਉਸ ਦਿਨ ਇਹੋ ਮੀਟਿੰਗ ਸੀਗੀ ਉਹਦੇ ਵਿੱਚ ਮਤਲਬ ਦੋ ਗੱਲਾਂ ਦੇ ਉੱਤੇ ਉਹਨਾਂ ਦਾ ਪ੍ਰੋਟੈਸਟ ਸੀਗਾ ਇੱਕ ਤਾਂ ਜਿਹੜਾ 10 ਅਪ੍ਰੈਲ ਨੂੰ ਡੈਮੋਨਸਟ੍ਰੇਸ਼ਨ ਹੋਇਆ ਦੋ ਜਿਹੜੇ ਪੰਜਾਬ ਦੇ ਵਿੱਚ ਸਰਗਰਮ ਲੀਡਰ ਸੀਗੇ ਜਿਹੜੇ ਮਤਲਬ ਰੌਲਟ ਐਕਟ ਦੇ ਖਿਲਾਫ ਆਵਾਜ਼ ਉਠਾਉਂਦੇ ਸੀ ਲੋਕਾਂ ਨੂੰ ਲੀਡ ਕਰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਇੱਕ ਦਾ ਨਾਂ ਸੀਗਾ ਡਾਕਟਰ ਸੱਤਿਆਪਾਲ ਔਰ ਦੂਸਰੇ ਦਾ ਨਾਂ ਸੈਫੁਦੀਨ ਕਿਚਲੂ ਡਾਕਟਰ ਸੈਫੁਦੀਨ ਸੋ ਇਹਨਾਂ ਨੂੰ ਅਰੈਸਟ ਕਰਕੇ ਦੋਵਾਂ ਨੂੰ ਉੱਥੋਂ ਪੰਜਾਬ ਤੋਂ ਬਾਹਰ ਹਾਊਸ ਅਰੈਸਟ ਕਰਦੇ ਹਾਂ ਲੋਕ 10 ਅਪ੍ਰੈਲ ਨੂੰ ਉਹਨਾਂ ਦੀ ਰਿਲੀਜ਼ ਵਾਸਤੇ ਡੈਮੋਨਸਟ੍ਰੇਸ਼ਨ ਕਰਨ ਗਏ ਸੀਗੇ ਔਰ ਪੁਲਿਸ ਨੇ ਉੱਥੇ ਗੋਲੀ ਚਲਾ ਕੇ 25-26 ਬੰਦੇ ਜਿਹੜੇ ਹੈਗੇ ਆ ਉਹ ਮਾਰ ਦਿੱਤੇ ਅਤੇ ਪਹਿਲਾਂ ਉਹ ਇੱਕ ਉੱਥੇ ਦੱਸਦੇ ਕੋਈ ਪੁਲ ਹੈਗਾ ਮੈਂ ਤਾਂ ਨਹੀਂ ਦੇਖਿਆ ਉਹ ਪੁਲ ਪਰ ਪੁਲ ਦੇ ਕਹਿੰਦੇ ਪਹਿਲਾਂ ਇੱਕ ਪਾਸੇ ਨੂੰ ਲੋਕ ਗਏ ਆ ਅਤੇ ਉਦੋਂ 5 ਬੰਦੇ ਮਾਰੇ ਫਿਰ ਉਹ ਦੂਸਰੇ ਪਾਸੇ ਨੂੰ ਉਹਨਾਂ ਜਾਣ ਦੀ ਕੋਸ਼ਿਸ਼ ਕੀਤੀ ਫਿਰ ਹੋਰ ਜ਼ਿਆਦਾ ਬੰਦੇ ਮਾਰੇ ਸੋ ਇਹੋ ਜਲਿਆਂਵਾਲੇ ਬਾਗ ਦੀ ਮੀਟਿੰਗ ਜਿਹੜੀ ਉਹ ਸੀਗੀ ਇਹ ਦੋ ਗੱਲਾਂ ਦੇ ਖਿਲਾਫ਼ ਸੀ ਇੱਕ ਤਾਂ ਰੌਲਟ ਐਕਟ ਜਿਹੜਾ ਸੀਗਾ ਜਿਹੜਾ ਕੰਟੀਨਿਊਸ਼ਨ ਸੀਗਾ ਡਰੈਕੋਨੀਅਨ ਐਮਰਜੈਂਸੀ ਲਾਅਸ ਦਾ
ਔਰ ਦੂਸਰਾ ਸੀਗਾ ਕਿ ਇਹ ਜਿਹੜਾ 10 ਤਰੀਕ ਨੂੰ ਕਤਲੇਆਮ ਹੋਇਆ ਹੈਗਾ ਮਾਰੇ ਗਏ ਉਹਦਾ ਪ੍ਰੋਟੈਸਟ ਔਰ ਉਹਨਾਂ ਦੋਵਾਂ ਚੀਜ਼ਾਂ ਦੇ ਖਿਲਾਫ਼ ਇਹ ਮਤੇ ਪਾਸ ਜਿਹੜੇ ਆ ਉਹ ਹੋ ਗਏ ਔਰ ਇੱਕ ਤੀਸਰਾ ਮਤਾ ਹੋਰ ਉਹਦੇ 'ਤੇ ਡਿਸਕਸ਼ਨ ਹੋ ਰਹੀ ਸੀ ਜਦੋਂ ਇਹਨਾਂ ਨੇ ਜਾ ਕੇ ਮਤਲਬ ਹੈਗਾ ਆ ਡਾਇਰ ਨੇ ਉੱਥੇ 30 ਸਕਿੰਟ ਦੇ ਅੰਦਰ ਅੰਦਰ ਉਹ ਕਹਿੰਦੇ ਵੀ ਉਹਨੇ ਮਤਲਬ ਗੋਲੀ ਚਲਾਉਣੀ ਸ਼ੁਰੂ ਕਰਤੀ ਕੋਈ ਵਾਰਨਿੰਗ ਨਹੀਂ ਜਿੱਦਾਂ ਇਹਨਾਂ ਭੈਣ ਜੀ ਉਹਨੇ ਦੱਸਿਆ ਹੈਗਾ ਅਤੇ ਗੋਲੀਆਂ ਲਗਾਤਾਰ 20 ਮਿੰਟ ਚੱਲਦੀਆਂ ਰਹੀਆਂ ਜਦ ਤਾਈਂ ਉਹ ਖਤਮ ਨਹੀਂ ਹੋ ਗਈ ਹੰਡਰਡਸ ਆਫ ਥਾਊਜ਼ੰਡਸ ਆਫ ਗੋਲੀਆਂ ਚੱਲੀਆਂ ਤੇ ਕੈਜੁਅਲਟੀਜ਼ 1650 ਪਰ ਹੁਣ ਜਿਹੜੇ ਕੈਜੁਅਲਟੀਜ਼ ਹੈਗੇ ਆ ਕੋਈ ਕਹਿੰਦਾ ਅੰਨੇ ਕੈਜੁਅਲਟੀਜ਼ ਆ ਕੋਈ ਕਹਿੰਦਾ ਅੰਨੇ ਡਾਕਟਰ ਪਰ ਹਜ਼ਾਰਾਂ ਦੀ ਤਦਾਦ ਚ ਮਰੇ ਨਾ ਹਜ਼ਾਰਾਂ ਦੀ ਉਸ ਵੇਲੇ ਉਹਨਾਂ ਨੇ ਕਿਹਾ ਕਿ ਗਵਰਨਮੈਂਟ ਨੇ ਕਿਹਾ ਕਿ 375 ਕੇ ਇੰਨੇ ਬੰਦੇ ਮਰੇ ਆ ਅਤੇ 1000 ਜ਼ਖਮੀ ਹੋ ਗਏ ਆ ਫਿਰ ਪਿੱਛੋਂ ਜਿਹੜਾ ਸੇਵਾ ਸੰਮਤੀ ਔਰਗਨਾਈਜੇਸ਼ਨ ਨੇ ਕਿਹਾ ਕਿ ਇੱਦੋਂ ਜ਼ਿਆਦਾ ਮਰ ਰਹੇ ਆ ਹੰਡਰ ਕਮਿਸ਼ਨ ਜਿਹੜਾ ਬ੍ਰਿਟਿਸ਼ ਨੇ ਆਪ ਕੀਤਾ ਸੀ ਉਹਨਾਂ ਨੇ ਕਿਹਾ ਕਿ ਐਟਲੀਸਟ 1500 ਜ਼ਖਮੀ ਹੋਏ ਆ ਅਤੇ 1000 ਜੀ ਮਾਫੀ ਚਾਹਾਂਗਾ ਟਾਈਮ ਬੜੀ ਫਾਸਟ ਜਾਂਦਾ ਪਤਾ ਇਹ ਮੁੱਦਾ ਇੱਕ ਬੜਾ ਸੈਂਸਿਟਿਵ ਹੈ ਬੜਾ ਸਟਰੋਂਗ ਔਰ ਹਰ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਇੱਕ ਘੰਟੇ ਦਾ ਸਾਡਾ ਪ੍ਰੋਗਰਾਮ ਇਹ ਦੱਸ ਨੋਟ ਇਨਫ ਇਹ ਬੜਾ ਲੰਮਾ ਮੁੱਦਾ ਕਾਫੀ ਦੇਰ ਤੱਕ ਟੋਕ ਹੋ ਸਕਦੀ ਹੈ ਪਰ ਅੱਜ ਜਿੰਨਾ ਵੀ ਕੋਸ਼ਿਸ਼ ਹੋ ਸਕੇਗੀ ਅਸੀਂ ਜੇਲ੍ਹਾਂ ਵਾਲੇ ਬਾਰ ਬਾਰੇ ਗੱਲ ਕਰਾਂਗੇ ਉਹਦੇ ਹਾਦਸੇ ਬਾਰੇ ਗੱਲ ਕਰਾਂਗੇ ਕਿੱਦਾਂ ਹੋਇਆ ਕਿਉਂ ਹੋਇਆ ਜਨਰਲ ਡਾਇਰ ਦੀ ਗੱਲ ਕਰਾਂਗੇ ਔਰ ਹਾਲੇ ਅਸੀਂ ਊਧਮ ਸਿੰਘ ਦੀ ਗੱਲ ਨਹੀਂ ਕੀਤੀ ਅਸੀਂ ਸੈਕਿੰਡ ਪਾਰਟ 'ਚ ਉਹਨਾਂ ਦੀ ਵੀ ਗੱਲ ਕਰਾਂਗੇ ਅਤੇ ਪਲੀਜ਼ ਤੁਸੀਂ ਕੀਪ ਟਿਊਨਡ ਵਿਦ ਅਕਾਲ ਚੈਨਲ ਸਕਾਈ 760 ਬੜੀ ਕੋਸ਼ਿਸ਼ ਕਰਦੇ ਹਾਂ ਕਿ ਬੜਾ ਇੰਪੋਰਟੈਂਟ ਮੁੱਦਾ ਆਪਣੇ ਬੱਚਿਆਂ ਨੂੰ ਦਿਖਾਓ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹਿਸਟਰੀ ਇਹ ਹਿਸਟਰੀ ਇੱਥੇ ਬੰਦ ਨਾ ਹੋ ਜਾਵੇ ਸ਼ੋਰਟ ਬ੍ਰੇਕ ਉਹਨੇ ਮੁਲਾਕਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਵੈਲਕਮ ਬੈਕ ਇਨ ਦ ਸੈਕਿੰਡ ਪਾਰਟ ਅਗਰ ਤੁਸੀਂ ਹੁਣੇ ਜੁਆਇਨ ਕੀਤਾ ਟੂ ਵਾਚ ਅਕਾਲ ਚੈਨਲ ਮਾਈ ਲੇਟ ਸ਼ੋ ਐਵਰੀ ਮੰਡੇ ਈਵਨਿੰਗ ਅੱਜ ਬੜਾ ਇੰਪੋਰਟੈਂਟ ਮੁੱਦਾ ਅਸੀਂ ਡਿਸਕਸ ਕਰਦੇ ਹਾਂ ਵਿਦ ਵੈਰੀ ਇੰਪੋਰਟੈਂਟ ਗੈਸਟ ਸਾਡੇ ਲੇਡੀ ਸਿੰਘ ਐਂਡ ਦਲਵਿੰਦਰ ਸਿੰਘ ਹੂ ਇਜ਼ ਵੈਰੀ ਐਕਸਪਰਟ ਔਨ ਦੀ ਟੋਪਿਕ ਬਟ ਜੇਲ੍ਹਾਂ ਵਾਲਾ ਬਾਗ ਵਾਲੇ ਬੜਾ ਦੁੱਖ ਦੀ ਸਟੋਰੀ ਹੈਗੀ ਅਤੇ ਮੈਨੂੰ ਬੜਾ ਦੁੱਖ ਲੱਗਿਆ ਗੱਲ ਦਾ ਕਿ ਸਾਡਾ ਫਰਜ਼ ਬਣਦਾ ਸੀ ਲੋਕਾਂ ਤੱਕ ਬੱਚਿਆਂ ਤੱਕ ਗੱਲ ਪਹੁੰਚਾਈਏ ਬਟ ਬਿਫੋਰ ਵੀ ਗੋਇੰਗ ਇਨ ਫਰਦਰ ਸਰ ਪ੍ਰੀਤੀ ਤੁਹਾਡੇ ਪਾਸ ਸੀਗਾ ਕੁਝ ਤੁਹਾਡੇ ਬਦਲੇ ਯੈਸ ਆਈ ਥਿੰਕ ਦਿਸ ਇਜ਼ ਗੋਇੰਗ ਟੂ ਅਪਲਾਈ ਫਾਰ ਐਵਰੀਵਨ ਜਿਨ ਐਂਡ ਸਪੈਸ਼ਲੀ ਇਫ ਆਈ ਕੈਨ ਵੀ ਵਾਸ ਟੂ ਗੋ ਬੈਕ ਇਨ ਟਾਈਮ ਦਿਸ ਇਜ਼ ਸੇਇੰਗ ਡਿਲੇ ਆਫ ਜਸਟਿਸ ਇਜ਼ ਇਨਜਸਟਿਸ ਬੜਾ ਛੋਟਾ ਜਿਹਾ ਲਫ਼ਜ਼ ਹੈ ਡਿਲੇ ਇਨਜਸਟਿਸ ਇਜ਼ ਇਨਜਸਟਿਸ ਲੇਕਿਨ ਇਹਦਾ ਮਤਲਬ ਇੰਨਾ ਵੱਡਾ ਹੈ ਵੱਡੀ ਗੱਲ ਹੈਗੀ ਕਿ ਜਿਹੜਾ ਇਹ ਥੋਟ ਆਫ ਦਾ ਡੇ ਹੈਗਾ ਇੱਕ ਤਰ੍ਹਾਂ ਦਾ ਇਟ ਰਾਈਮਸ ਇਨ ਵਿਦ ਵਾਟ ਵੀ ਟੋਕਿੰਗ ਅਬਾਊਟ ਟੂਡੇ ਪਰ ਜੀ ਮੇਰਾ 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 ਕੁਐਸਚਨ ਹੈਗਾ ਜਿਹੜਾ ਥੋਟ ਆਫ ਦਾ ਡੇ ਹੈਗਾ ਡਿਲੇ ਇਨਜਸਟਿਸ ਇਜ਼ ਇਨਜਸਟਿਸ 100 ਸਾਲ ਹੋ ਗਏ ਨੇ ਅਤੇ ਇਹ ਯੂ ਨੋ ਇਨਜਸਟਿਸ ਹੀ ਹੈ ਸੋ ਫਾਰ ਬਿਲਕੁਲ ਬਿਲਕੁਲ ਇਨਜਸਟਿਸ ਹੀ ਆ ਪਰ ਦੇਖੋ ਉਹ ਕਹਿੰਦੇ ਸੋਰੀ ਨਹੀਂ ਕਹਿੰਦਾ ਐਕਚੁਲੀ ਮੈਨੂੰ ਬੜਾ ਹਾਸਾ ਆਇਆ ਕਿ ਨਿਊਜ਼ ਪੇਪਰ ਵਾਲਾ ਇੱਕ ਲਿਖਦਾ ਜਦੋਂ ਕੋਈ ਨਹੀਂ ਉੱਥੇ ਗਈ ਸੀਗੀ ਕੈਮਰਨ ਵੀ ਗਿਆ ਕਹਿੰਦਾ ਇਹਨਾਂ ਦੀ ਡਿਕਸ਼ਨਰੀ 'ਚ ਸੋਰੀ ਇਹਨਾਂ ਨੂੰ ਲਫ਼ਜ਼ ਲੱਭਦਾ ਹੀ ਨਹੀਂ ਪਿਆ ਦੇ ਕੀਪ ਔਨ ਸੇਇੰਗ ਬਾਰ ਵੀ ਰਿਗਰੈਟ ਵੀ ਆਰ ਇਜ਼ ਅ ਵੀ ਆਰ ਇਟਸ ਅ ਸ਼ੇਮਫੁਲ ਐਕਟ ਐਂਡ ਆਲ ਦੈਟ ਸੋਰਟ ਆਫ ਥਿੰਗ ਪਰ ਇਹਨਾਂ ਨੂੰ ਸੋਰੀ ਨਹੀਂ ਇਹਨਾਂ ਕੋਲ ਕਿਹਾ ਜਾਂਦਾ ਪਿਆ ਮਤਲਬ ਤੁਸੀਂ ਰੀਜ਼ਨ ਦੱਸੋ ਕਿਉਂ ਨਹੀਂ ਕਿਹਾ ਜਾਂਦਾ ਬਿਕੋਜ਼ ਆਈ ਗੋਟ ਅ ਕੁਐਸਚਨ ਆਫਟਰ ਦੈਟ ਟੂ ਆਸਕ ਯੂ ਵੈਦਰ ਵੈਦਰ ਆਮ ਥਿੰਕਿੰਗ ਇਨ ਦ ਰਾਈਟ ਪਹਿਲਾਂ ਤਾਂ ਮੈਂ ਮਤਲਬ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਹਿਸਟੋਰੀਕਲ ਇਨਜਸਟਿਸ ਹੈਗੇ ਆ ਉਹਨਾਂ ਤੋਂ ਅਸੀਂ ਗਾਂਹ ਸਬਕ ਸਿੱਖਣੇ ਚਾਹੀਦੇ ਹੈਗੇ ਆ ਉਹਨਾਂ ਨੂੰ ਡਿਸਕਸ ਕਰਨਾ ਚਾਹੀਦਾ ਕਿ ਉਹ ਕਿਉਂ ਹੋਏ ਅਤੇ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਗਾਂ ਕੀ ਕਰਨਾ ਕੀ ਕਰਨਾ ਸੋ ਦ ਹਿਸਟਰੀ ਡਸ ਨਾਟ ਰਿਪੀਟ ਇਟਸੈਲਫ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਇਹ ਹੈਗੀ ਆ ਦੂਸਰਾ ਮੈਂ ਇੱਥੇ ਇੱਕ ਲੰਡਨ ਯੂਨੀਵਰਸਿਟੀ ਸੋਹਸ ਦੇ ਵਿੱਚ ਮੀਟਿੰਗ 'ਚ ਗਿਆ ਸੀਗਾ ਔਰ ਉੱਥੇ ਇੱਕ ਨਾਰਵੇ ਤੋਂ ਪ੍ਰੋਫੈਸਰ ਜਿਹਨੇ ਜਿਹੜੀ ਕਾਫੀ ਰਿਸਰਚ ਜਲ੍ਹਿਆਂ ਵਾਲੇ ਬਾਗ ਦੇ ਉੱਤੇ ਸੀਗੀ ਅਤੇ ਉਹ ਕਹਿੰਦਾ ਸੀ ਵੀ ਇਹ ਸੋਰੀ ਜੇ ਇਹ ਮੰਗ ਵੀ ਲੈਣ ਤਾਂ ਉਹ ਉਹਦਾ ਕੋਈ ਮਤਲਬ ਨਹੀਂ ਹੋਊ ਕਿਉਂਕਿ ਉਹ ਸੱਚੇ ਦਿਲੋਂ ਸੋਰੀ ਜਿਹੜੀ ਉਹ ਨਹੀਂ ਮੰਗਣਗੇ ਇਹ ਸਿਰਫ ਸੋਰੀ ਜੇ ਮੰਗਦੇ ਆ ਜਾਂ ਕੋਈ ਕ੍ਰਿਟੀਸਾਈਜ਼ ਕਰਦੇ ਆ ਨਾ ਉਹ ਸਿਰਫ ਆਪਣੇ ਆਪ ਨੂੰ ਹੋਰ ਆਪਣੇ ਚੰਗਾ ਕਹਿਣ ਲਈ ਬਣਾਉਣ ਲਈ ਕਰਦੇ ਜਿੱਦਾਂ ਚਰਚਲ ਨੇ 1920 ਦੇ ਵਿੱਚ ਉਹਦੇ ਬਾਰੇ ਕਿਹਾ ਕਿ ਇਹ ਸਲੋਟਰ ਹੋਇਆ ਹੈਗਾ ਉਹਨੇ ਆਪਣੇ ਆਪ ਨੂੰ ਚੰਗਾ
ਦਿਖਾਉਣ ਵਾਸਤੇ ਜੋ ਬ੍ਰਿਟਿਸ਼ ਆਪਣੇ ਤੇ ਸਲੋਟਰ ਹੋਏ ਉਹ ਹਾਂ ਇਸੇ ਤਰ੍ਹਾਂ ਹੀ ਅਕਾਲ ਆਪਣੇ ਐਗਜ਼ਾਮਪਲ ਇੱਕ ਰਾਜਪੁਰੇਵਾਲ ਦੀ ਤੁਸੀਂ ਗੱਲ ਕਰਦੇ ਸੀਗੇ ਉਹ ਦਿੰਦਾ ਸੀਗਾ ਹਾਂ ਕਿ ਸਲੇਵਰੀ ਬ੍ਰਿਟਿਸ਼ ਨੇ ਹੀ ਤਾਂ ਸ਼ੁਰੂ ਕੀਤੀ ਔਰ ਬਾਅਦ ਦੇ ਵਿੱਚ ਉਹ ਤਗਮਾ ਇਹ ਵੀ ਲੈ ਲਿਆ ਵੀ ਖਤਮ ਵੀ ਅਸੀਂ ਕੀਤੀ ਅਸੀਂ ਕੀਤੀ ਸੋ ਉਹ ਦੋਨੇ ਪਾਸੇ ਇਹੋ ਆਪਣੇ ਆਪ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹੈ ਪਰ ਜੀ ਤੁਸੀਂ ਦੱਸੋ ਕਿ ਕਿਉਂ ਅਪੋਲੋਜੀਸ ਤੇ ਕਿਉਂ ਨਹੀਂ ਦਿੰਦੇ ਪਏ ਬਿਕਾਜ਼ ਇਟ ਹੈਜ਼ ਲੋਟਸ ਮੋਰ ਇੰਪਲੀਕੇਸ਼ਨਸ ਜਸਟ ਸੇਇੰਗ ਸੌਰੀ ਫੋਰ ਵਟ ਡਾਇਰ ਡਿਡ ਇਟਸ ਅ ਰਾਵਲਰ ਐਕਟ ਐਂਡ ਇਟਸ ਆਲ ਆਫ ਦੇ ਹੋਲ ਮਸ਼ੀਨਰੀ ਇਨ ਇੰਡੀਆ ਬਟ ਬਿਫੋਰ ਯੂ ਆਨਸਰ ਦੈਟ ਅਗਰ ਸੌਰੀ ਕਹਿਣ ਤੋਂ ਪਹਿਲਾਂ ਡਾਇਰ ਨੂੰ ਕੁਝ ਪਨਿਸ਼ਮੈਂਟ ਦਿੱਤੀ ਜਾਂਦੀ ਕੋਰਪਰਲ ਪਨਿਸ਼ਮੈਂਟ ਦਿੱਤੀ ਜਾਂਦੀ ਡਾਇਰ ਨੂੰ ਦਿੱਤੀ ਸੀ ਡਾਇਰ ਨੂੰ ਪਨਿਸ਼ਮੈਂਟ ਦਿੱਤੀ ਸੀ ਇਹ ਕਿ ਉਹਨੂੰ ਕਿਹਾ ਸੀ ਕਿ ਉਹਦੀ ਪ੍ਰਮੋਸ਼ਨ ਹੋਣੀ ਸੀ ਉਹ ਬੰਦ ਕਰਤੀ ਉਹਨੂੰ ਸੀ ਬੀ ਦੇ ਰਹੇ ਸੀ ਉਹ ਬੰਦ ਕਰਤੀ ਫਿਰ ਉਹਨੂੰ ਡਿਸਮਿਸ ਜੋਬ ਤੋਂ ਕਰ ਦਿੱਤਾ ਔਰ ਨਾਲ ਇਹ ਵੀ ਲਿਖਤਾ ਕਿ ਇੰਨੇ ਹੀ ਵਿਲ ਨੈਵਰ ਵਰਕ ਇਨ ਇੰਡੀਆ ਅਗੇਨ ਹੀ ਵਿਲ ਨੈਵਰ ਬੀ ਅਲਾਊਡ ਟੂ ਵਰਕ ਇਨ ਇੰਡੀਆ ਇਹ ਇਸ ਗੱਲੋਂ ਤਾਂ ਉਹਨਾਂ ਨੇ ਕੀਤਾ ਇਸ ਗੱਲੋਂ ਪਰ ਜਿਹੜੀ ਸਾਰੀ ਆਪਣੀ ਰਿਸਪੋਂਸੀਬਿਲਿਟੀ ਸੀ ਨਾ ਡਾਇਰ ਤੋਂ ਉਹਨਾਂ ਨੇ ਸੁੱਟਤੀ ਡਾਇਰ ਨੂੰ ਉਹਨਾਂ ਬੜਾ ਕ੍ਰਿਟੀਸਾਈਜ਼ ਦੇ ਵਾਸ਼ ਦੇ ਹੈਂਡਸ ਫਰਮ ਦਾ ਰਿਸਪੋਂਸੀਬਿਲਿਟੀ ਦੈਟ ਇਜ਼ ਰੋਂਗ ਬਟ ਹੂ ਇਜ਼ ਇਟ ਵਾਸ ਇਟ ਆਲ ਡਾਇਰ ਡਵਾਇਰ ਨੂੰ ਕੁਛ ਨਹੀਂ ਕੀਤਾ ਜਿਹੜਾ ਹੈਗਾ ਸੀ ਪੰਜਾਬ ਦਾ ਗਵਰਨਰ ਡਵਾਇਰ ਨੂੰ ਕੁਛ ਨਹੀਂ ਕੀਤਾ ਪਰ ਡਾਇਰ ਨੂੰ ਕੀਤਾ ਪਰ ਡਾਇਰ ਤੋਂ 6-7 ਸਾਲਾਂ ਬਾਅਦ ਵੀ ਮਰ ਵੀ ਗਿਆ ਬਿਮਾਰ ਹੋ ਗਿਆ ਪਰ ਡਾਇਰ ਦੇ ਇੰਨੇ ਸਾਫ਼ ਕਿਹਾ ਉਹਨਾਂ ਨੇ ਪੁੱਛਿਆ ਕਿ ਤੂੰ ਨਾ ਆਰਮਡ ਵਹੀਕਲ ਅੰਦਰ ਲੈ ਕੇ ਜਾਂਦਾ ਅਤੇ ਗਨਸ ਨਾਲ ਸ਼ੂਟ ਕਰ ਦਿੰਦਾ ਅਤੇ ਉਹ ਕਹਿੰਦਾ ਹਾਂ ਜੇ ਜਗ੍ਹਾ ਹੁੰਦੀ ਤਾਂ ਮੈਂ ਲੈ ਕੇ ਜਾਣੀ ਸੀ ਮੈਂ ਸ਼ੂਟ ਕਰਨਾ ਸੀ ਪਰ ਪੰਜੀ ਉਹ ਰਾਈਟ ਥਰੂ ਦ ਇੰਸੀਡੈਂਟ ਜੋ ਵੀ ਹੋਇਆ ਪਹਿਲਾਂ ਹੋਇਆ ਬਾਅਦ 'ਚ ਹੋਇਆ ਦੇਰ ਇਜ਼ ਨੋ ਰਿਮੋਰਸ ਦੇਰ ਇਜ਼ ਨੋ ਸੋਰੀਨੈਸ ਕਿਸੇ ਚੀਜ਼ ਦੇ ਉੱਪਰ ਵੀ ਨਾ ਤਾਂ ਬ੍ਰਿਟਿਸ਼ ਗੌਰਮੈਂਟ ਦੇ ਉੱਪਰ ਨਾ ਡਾਇਰ ਨੇ ਕਿਸੇ ਨੇ ਸ਼ੋਅ ਨਹੀਂ ਕੀਤੀ ਪਰ ਜਿਹੜੀ ਹੁਣ ਸੋਰੀ ਦੀ ਇਹਨਾਂ ਨੇ ਉਹਨਾਂ ਦੇ ਗਲੇ 'ਚ ਅੜਕੀ ਹੋਈ ਹੈ ਹਲੇ ਆਈ ਥਿੰਕ ਇਟਸ ਮੋਰ ਟੂ ਡੂ ਵਿਦ ਦ ਕੰਪਨਸੇਸ਼ਨ ਬਿਕੋਜ਼ ਦੈਨ ਦ ਬ੍ਰਿਟਿਸ਼ ਵਿਲ ਬੀ ਸਫਰਿੰਗ ਬੈਡਲੀ ਫਾਈਨੈਂਸ਼ਲੀ ਬਿਕੋਜ਼ ਦੇਰ ਵਿਲ ਬੀ ਮਿਲੀਅਨਸ ਆਫ ਪਾਉਂਡਸ ਆਫ ਕੰਪਨਸੇਸ਼ਨ ਹੋ ਸਕਦਾ ਦੈਟ ਇਜ਼ ਪੋਸੀਬਲ ਦੈਟ ਸਟੋਪਿੰਗ ਦੈਮ ਫਰੋਮ ਸੇਇੰਗ ਸੌਰੀ ਹੋ ਸਕਦਾ ਇਹੋ ਗੱਲ ਨਹੀਂ ਪਰ ਦੈਟ ਇਜ਼ ਦ ਓਨਲੀ ਥਿੰਗ ਵਿਚ ਕਮਸ ਇਨ ਮਾਈ ਮਾਈਂਡ ਪਰ ਜੇ ਆਪਾਂ ਦੇਖੀਏ ਕਿ ਬ੍ਰਿਟਿਸ਼ ਕਲੋਨੀਅਲਿਜ਼ਮ ਨੇ ਪੂਰੀ ਵਰਲਡ ਦੇ ਵਿੱਚ ਇੰਨੇ ਕੁ ਕ੍ਰਾਈਮ ਕੀਤੇ ਹੋਏ ਆ 60 million ਤਾਂ ਇਹਨਾਂ ਨੇ ਨੌਰਥ ਅਮੈਰੀਕਾ ਵਿੱਚ ਜਿਹੜੇ ਹੈਗੇ ਆ ਉੱਥੇ ਦੇ ਅਮੈਰੀਕਨ ਇੰਡੀਅਨ ਜਿਹਨੂੰ ਕਹਿੰਦੇ ਆ ਉਹ ਮਾਰੇ ਹੈਗੇ ਫਿਰ ਆਸਟ੍ਰੇਲੀਆ ਦੇ ਵਿੱਚ ਅਬੋਰੀਜਨੀ ਨੂੰ ਮਾਰਿਆ ਨਿਊਜ਼ੀਲੈਂਡ ਦੇ ਵਿੱਚ ਮਾਓਰੀ ਨੂੰ ਮਾਰਿਆ ਆਪਣੇ ਸਾਊਥ ਅਫਰੀਕਾ ਦੇ ਵਿੱਚ ਮਾਰਿਆ ਹੈਗਾ ਹਿੰਦੁਸਤਾਨ 'ਚ 1857 ਦੇ ਗਦਰ ਦੇ ਵਿੱਚ 10 million ਹਿੰਦੁਸਤਾਨੀ ਜਿਹੜੇ ਹੈ ਉਹ ਇਹਨਾਂ ਨੇ ਮਾਰੇ ਹੈਗੇ ਆ ਅਤੇ ਉਹ ਜੇ ਇਹ ਸੌਰੀ ਕਹਿਣ ਲੱਗਣ ਤਾਂ ਇਹਨਾਂ ਨੂੰ ਕਈ ਦਿਨ ਮੰਨ ਲਓ ਮਹੀਨਾ ਲੱਗ ਜਾਣ ਪਏ ਸੌਰੀ ਕਹਿੰਦੇ ਆ ਪਰ ਜਿੱਦਾਂ ਤੁਸੀਂ ਕਿਹਾ ਪੈ ਜੇ ਦੈਟ ਡਸਨਟ ਜਸਟੀਫਾਈ ਡਸ ਇਟ ਨੋ ਪਰ ਜੇ ਕਹਿ ਦੇਣ ਨਾ ਤਾਂ ਉਹਦੇ ਨਾਲ ਜਿਸ ਤਰ੍ਹਾਂ ਨਾ ਕੋਈ ਵਿਕਟਿਮ ਹੁੰਦਾ ਨਾ ਤੇ ਉਹਨੂੰ ਦੇ ਫੀਲ ਵਿੰਡੀਕੇਟਿਡ ਫੀਲ ਕਿ ਥੋੜ੍ਹਾ ਸਾਨੂੰ ਮਿਲ ਗਿਆ ਜਸਟਿਸ ਤੇ ਉਸ ਤਰ੍ਹਾਂ ਤਾਂ ਕਈ ਦਾ ਵੀ ਸੌਰੀ ਮਿਲ ਕਹਿ ਦਿੱਤਾ ਤਾਂ ਸਾਨੂੰ ਕੀ ਮਿਲਣਾ ਔਨ ਬਿਹਾਫ ਆਫ ਦ ਬ੍ਰਿਟਿਸ਼ ਹਾਂ ਮੈਂ ਨਾ ਬੈਠੀ ਹੋਈ ਸੀ ਕਿਸੇ ਐਕਚੁਅਲੀ ਇੰਡੀਅਨ ਅਫੀਸ਼ੀਅਲ ਨਾਲ ਹਾਈ ਕਮਿਸ਼ਨਰ ਦਾ ਅਸਿਸਟੈਂਟ ਸੀ ਕੋਈ ਅਤੇ ਮੈਂ 84 ਦੀ ਮੈਂ ਕਹਿ ਰਹੀ ਸੀ ਵਾਈ ਦ ਗਵਰਨਮੈਂਟ ਇਜ਼ ਨਾਟ ਸੇਇੰਗ ਸੌਰੀ ਗਵਰਨਮੈਂਟਸ ਡੋਂਟ ਸੇ ਸੌਰੀ They don't say sorry. The governments don't say sorry. That was his reply. Main ek minute to chamaga ke Subhdev sada technical team nu oh thodi jehdi Udham Singh di te thode apne sardar Lord Inder ji di oh dekhde pe samne haan ji sare nu thalle tusi dekhde pe ho that's the Lord Inder ji kinne saal de sige the odo 3-4 saal de oh my god that's so important to sir ਉਹਨਾਂ ਦੇ ਫਾਦਰ ਤਾਂ ਪ੍ਰੈਜ਼ੀਡੈਂਟ ਹੁੰਦੇ ਸੀ ਛਾਪੜ ਪੁਸ਼ ਗੁਰਦੁਆਰੇ ਦੇ ਅਤੇ ਉੱਥੇ ਸਰਦਾਰ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਹੋਰੀ ਆਉਂਦੇ ਹੁੰਦੇ ਸੀ ਗੁਰਦੁਆਰੇ ਅਤੇ ਉਹਨਾਂ ਦੇ ਮੇਰੇ ਫਾਦਰ ਲੋਰਡ ਡਾਕਟਰ ਦੀਵਾਨ ਸਿੰਘ ਲੋਰਡ ਸਿੰਘਰਾਂ ਦੇ ਫਾਦਰ ਉਹਨਾਂ ਦੇ ਕਾਫੀ ਫਰੈਂਡ ਸੀ ਅਤੇ ਉਹਨਾਂ ਦੇ ਘਰ ਬਰਮਿੰਘਮ ਹੀ ਮਿਲਣ ਮੁਲਣ ਆਉਂਦੇ ਹੁੰਦੇ ਸੀਗੇ ਅਸੀਂ ਹੁਣ ਆਪਾਂ ਕਰੀਏ ਆਪਣੇ ਸਰਦਾਰ ਊਧਮ ਸਿੰਘ ਦੀ ਗੱਲ ਬੜੀ ਸ਼ਹੀਦੀ ਦਿੱਤੀ ਸ਼ਹਾਦਤ ਦਿੱਤੀ ਉਹਨਾਂ ਨੇ ਬੜੀ ਵੱਡੀ ਗੱਲ ਹੈ ਇੰਨੀ ਵੱਡੀ ਤਾਦਾਦ ਕਮਿਊਨਿਟੀ ਸਾਰੀ ਦੁਨੀਆਂ 'ਚ ਰਹਿੰਦੀ ਹੈ ਸਰਦਾਰ ਊਧਮ ਸਿੰਘ ਸ਼ਹਾਦਤ ਇੱਕੋ ਬੰਦਾ ਰਹਿ ਗਿਆ ਦੁਨੀਆਂ 'ਚ ਹੋਰ ਕਿਸੇ ਨੇ ਕੋਈ ਕਲਾ ਨਹੀਂ ਹੋ ਸਕਿਆ ਇੰਨੇ ਜਾਣੇ ਮਰੇ ਲੱਖਾਂ ਦੇ ਹਿਸਾਬ ਨਾਲ ਮਾਰੇ ਗਏ ਨੇ ਜਿੱਦਾਂ ਤੁਸੀਂ ਹਿਸਾਬ ਦੱਸਦੇ ਹੋ ਪਰ ਜੀ ਇੱਦਾਂ ਦੇ ਊਧਮ ਸਿੰਘ ਕਦੋਂ ਜੰਮਣਗੇ ਸਾਡੇ ਸਿੱਖ ਕਮਿਊਨਿਟੀ ਦੇ ਵਿੱਚ ਦੇਖੋ ਆਮ ਲੋਕਾਂ ਦੇ ਵਿੱਚ ਇਹਨਾਂ ਨੇ
ਬਹੁਤ ਤਰ੍ਹਾਂ ਦੇ ਨਾਲ ਫੁੱਟ ਜਿਹੜੀ ਹੈਗੀ ਆ ਉਹ ਜਿਸ ਤਰ੍ਹਾਂ ਅੰਗਰੇਜ਼ ਪਾਉਂਦੇ ਸੀਗੇ ਇਹਨਾਂ ਨੇ ਧਰਮਾਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੰਡਿਆ ਆ ਸਿੱਖ ਆ ਆ ਮੁਸਲਮਾਨ ਆ ਅਤੇ ਆਪਣੇ ਦੋ ਕੌਮਾਂ ਨੇ ਦੱਸੀਆਂ ਟੂ ਕੀ ਕਹਿੰਦੇ ਆ ਟੂ ਨੇਸ਼ਨ ਥਿਊਰੀ ਅਤੇ ਇੱਕ ਉੱਥੇ ਹਿੰਦੂ ਆ ਅਤੇ ਦੂਸਰੇ ਮੁਸਲਮਾਨ ਆ ਅਤੇ ਹੋਰ ਕੋਈ ਨਹੀਂ ਹੈ ਅਤੇ ਸਿੱਖਾਂ ਨੂੰ ਵੀ ਹਿੰਦੂਆਂ 'ਚ ਹੀ ਬਿਲਕੁਲ ਗਿਣਿਆ ਸੀਗਾ ਅਤੇ ਇਹ ਇਹਨਾਂ ਨੇ ਮਤਲਬ ਫਿਰ ਬਾਅਦ ਦੇ ਵਿੱਚ ਸਿੱਖਾਂ ਨੂੰ ਵੀ ਮਤਲਬ ਹਰੇਕ ਕੌਮ ਦੇ ਵਿੱਚ ਇਹਨਾਂ ਨੇ ਆਪਣੇ ਏਜੰਟ ਜਿਹੜੇ ਪੈਦਾ ਕੀਤੇ ਅਤੇ ਸਿੱਖਾਂ ਦੇ ਵਿੱਚ ਜਿਹੜੇ ਮਤਲਬ ਮੁਸਲਮਾਨਾਂ ਦੇ ਖਿਲਾਫ ਜਿਹੜਾ ਵੱਧ ਤੋਂ ਵੱਧ ਪ੍ਰਚਾਰ ਕਰਦੇ ਆ ਉਹਨਾਂ ਨੂੰ ਮੂਹਰੇ ਲਿਆਂਦਾ ਆਪਣੇ ਅਲੀਗੜ੍ਹ ਯੂਨੀਵਰਸਿਟੀ ਬਣਾਈ ਆ ਮੁਸਲਮਾਨਾਂ ਲਈ ਸਿੱਖਾਂ ਲਈ ਆਪਣੇ ਸਿੱਖ ਯੂਨੀਵਰਸਿਟੀ ਹਿੰਦੂਆਂ ਲਈ ਬਨਾਰਸ ਅਤੇ ਹੋਰ ਯੂਨੀਵਰਸਿਟੀ ਉਹ ਇਸ ਢੰਗ ਦੇ ਨਾਲ ਐਜੂਕੇਸ਼ਨ ਦੇ ਵਿੱਚ ਵੀ ਇਹਨਾਂ ਲੋਕਾਂ ਨੂੰ ਪਾੜਿਆ ਅਤੇ ਅੱਜ ਦੀ ਜਿਹੜੀ ਸਰਕਾਰ ਆ ਹਿੰਦੁਸਤਾਨ ਦੀ ਉਹ ਇਹਨਾਂ ਤੋਂ ਵੀ ਵੱਧ ਕੇ ਲੋਕਾਂ ਨੂੰ ਪਾੜ ਰਹੀ ਹੈ ਬਿਲਕੁਲ ਇਸ ਵੇਲੇ ਤੁਸੀਂ ਦੇਖ ਲਓ ਜਿਹੜੀ ਮੋਦੀ ਦੀ ਸਰਕਾਰ ਹੈਗੀ ਆ ਇਹ ਹਿੰਦੂਇਜ਼ਮ ਨੂੰ ਮਤਲਬ ਪ੍ਰਮੋਟ ਕਰ ਰਹੀ ਆ ਅਤੇ ਮੁਸਲਮਾਨਾਂ ਦੇ ਉੱਤੇ ਹਮਲੇ ਜਿਹੜੇ ਹੈਗੇ ਆ ਜਾਰੀ ਆ ਕਸ਼ਮੀਰ ਦੇ ਵਿੱਚ ਜਾਂ ਹੋਰ ਇੱਦਾਂ ਹੀ ਸਿੱਖਾਂ ਦੇ ਉੱਤੇ ਹਮਲੇ ਹੋਏ ਹੈਗੇ 84 ਦੇ ਵਿੱਚ ਅਤੇ ਇਹਦੇ ਵਿੱਚ ਸਿਰਫ ਆਪਣੇ ਇੱਕ BJP ਦੀ ਹੀ ਗੱਲ ਨਹੀਂ ਕਾਂਗਰਸ ਵੀ ਓਨੀ ਜ਼ਿੰਮੇਵਾਰ ਹੈਗੀ ਆ ਜਿਨ 84 ਦੇ ਵਿੱਚ ਕਾਂਗਰਸ ਦਾ ਰਾਜ ਸੀਗਾ ਫਿਰ ਬਾਬਰੀ ਮਸਜਿਦ ਦੇ ਸਮੇਂ ਜਿਹੜਾ ਸੀਗਾ BJP UP ਦੇ ਵਿੱਚ ਸੀ ਅਤੇ ਸੈਂਟਰ ਦੇ ਵਿੱਚ ਕਾਂਗਰਸ ਸੀ ਔਰ ਇਹਨਾਂ ਨੇ ਇੱਕ ਵੀ ਬੰਦੇ ਨੂੰ ਜਿਹੜੀ ਹੈਗੀ ਆ ਇਹੋ ਗੁਨਾਹਗਾਰ ਨੂੰ ਸਜ਼ਾ ਨਹੀਂ ਦਿੱਤੀ ਜਿਹਨਾਂ ਨੇ ਇਹ ਔਰਗਨਾਈਜ਼ ਕੀਤਾ ਭਾਜੀ ਇਹ ਤਾਂ ਜਦੋਂ ਤੁਸੀਂ ਦੇਖੋ ਜਦੋਂ ਤਾਂ ਤੁਸੀਂ ਹਿਸਟਰੀ ਦੇਖਦੇ ਹੋ ਆਪਣਾ ਜ਼ੁਲਮ ਹੁੰਦਾ ਹੈ ਮੁਗਲਾਂ ਦੇ ਟਾਈਮ ਤੋਂ ਬੜੀ ਪੁਰਾਣੀ ਗੱਲਾਂ ਨੇ ਮੈਂ ਚਾਹਾਂਗਾ ਵੀ ਆਪਣਾ ਟੈਕਨੀਕਲ ਟੀਮ ਸੁਖਦੇਵ ਨੂੰ ਕਹਾਂਗਾ ਇੱਕ ਦੋ ਹੋਰ ਪਿਕਚਰ ਹੈਗੇ ਸਾਡੇ ਪਾਸ ਉਹ ਦਿਖਾਈਆਂ ਜਾਣ ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ ਇਹ ਦੇਖੋ ਭਾਜੀ ਖਾਸ ਅਗਰ ਤੁਸੀਂ ਸਭ ਦੇਖ ਸਕਦੇ ਘਰ ਬੈਠੇ ਜੇਲ੍ਹ ਵਾਲੇ ਬਾਗ ਦਾ ਇੱਕ ਪਾਸੇ ਇਨੋਸੈਂਟ ਅਨਆਰਮਡ ਆਪਣੇ ਏਸ਼ੀਅਨਸ ਖੜ੍ਹੇ ਨੇ ਇੰਡੀਅਨਸ ਅਤੇ ਦੂਜੇ ਪਾਸੇ ਪੁਲਿਸ ਫਾਇਰਿੰਗ ਕਰਦੀ ਹੈ ਤੁਸੀਂ ਮੈਨੂੰ ਦੱਸੋ ਭਾਜੀ ਉਹਨਾਂ ਦਾ ਕੀ ਚਾਂਸ ਹੈ ਕਿ ਉੱਥੋਂ ਬਚ ਕੇ ਨਿਕਲ ਸਕੇ ਕੀ ਚਾਂਸ ਹੋ ਸਕਦਾ ਚਾਂਸ ਹੈ ਨਾਲੇ ਚਾਂਸ ਯਰ ਇੰਟੈਂਸ਼ਨਸ ਵਾਸ ਸੋ ਬੈਡ ਇੰਟੈਂਸ਼ਨਸ ਵਾਸ ਬੈਡ ਜਿਹੜੇ ਜਾ ਵੀ ਰਹੇ ਨੇ ਨਾ ਉਹਨਾਂ ਨੂੰ ਗੋਲੀਆਂ ਮਾਰਦੇ ਸਨ ਜਿਹੜੇ ਥੱਲੇ ਲੰਮੇ ਬਹਿ ਜਾਂਦੇ ਸਨ ਉੱਥੇ ਮਾਰਦੇ ਸਨ ਲੋਕੀ ਇੱਧਰ ਇੱਕ ਤਾਂ ਜਗ੍ਹਾ ਹੀ ਥੋੜ੍ਹੀ ਜੀ ਇਹ ਬਹੁਤ ਜ਼ਰੂਰੀ ਹੈ ਵੱਡੀ ਗੱਲ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਲੋਕੀ ਇੱਕ ਦੂਜੇ ਦੇ ਬੈਕ 'ਤੇ ਚੜ੍ਹ ਕੇ ਕੰਧ ਟੱਪਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਵੀ ਮਾਰੇ ਉਹਨਾਂ ਨੂੰ ਵੀ ਮਾਰਦੇ ਇਹ ਮੇਰੇ ਵਰਡ ਨਹੀਂ ਹੈ ਇਹ ਚਰਚਲ ਨੇ ਲਿਖਿਆ ਚਰਚਲ ਨੇ ਆਪ ਲਿਖਿਆ ਕਹਿੰਦਾ ਕਿ ਸਿੱਖਾਂ ਉੱਥੇ ਜਿਹੜੇ ਬੈਠੇ ਸੀਗੇ ਇੰਡੀਅਨ ਦਾ ਉਹਨਾਂ ਦਾ ਕੋਈ ਰਸਤਾ ਹੀ ਨਹੀਂ ਸੀ ਕਿਉਂਕਿ ਡਾਇਰ ਇੰਜ ਮਾਰ ਰਿਹਾ ਸੀ ਇਹ ਚਰਚਲ ਦੇ ਵਰਡਸ ਆ ਕਹਿੰਦੇ ਜਿਸਲੇ ਲੋਕ ਖੱਬੇ ਨੂੰ ਹੁੰਦੇ ਸੀ ਤਾਂ ਉਹ ਖੱਬੇ ਮਾਰਨ ਲੱਗ ਜਾਂਦੇ ਜੋ ਸੱਜੇ ਨੂੰ ਹੁੰਦੇ ਸੱਜੇ ਜੋ ਲੰਮੇ ਪੈ ਜਾਂਦੇ ਸੀ ਉੱਥੇ ਗੋਲੀਆਂ ਮਾਰਦਾ ਸੀ ਅਤੇ ਜੇ ਜਿਹੜਾ ਡੋਰ ਗੇਟ ਖੁੱਲ੍ਹਾ ਸੀ ਉੱਥੇ ਜਾਂਦੇ ਸੀ ਉੱਥੇ ਮਾਰਦਾ ਸੀ 120 ਲਾਸ਼ਾਂ ਉਹਨਾਂ ਨੂੰ ਖੂਹ 'ਚੋਂ ਮਿਲੀਆਂ ਉਹਨੇ ਇਹ ਵੀ ਗੱਲ ਹੈ ਕਿ ਉਹਨੂੰ ਕੋਈ ਸ਼ਰਮ ਨਹੀਂ ਸੀ ਉਹਨੇ ਸਾਫ਼ ਕਿਹਾ ਹਾਂ ਮੈਂ ਕੀਤਾ ਉਹਨਾਂ ਕਿਹਾ ਕਿ ਤੇ ਆਲਮੰਡ ਕਾਰਸ ਨਾ ਨਹੀਂ ਆ ਸਕੀਆਂ ਜਾਂ ਆਉਂਦੀਆਂ ਅਤੇ ਤੂੰ ਤੋਪਾਂ ਨਾਲ ਮਾਰ ਦੇਣਾ ਸੀ ਕਹਿੰਦਾ ਹਾਂ ਮੈਂ ਮਾਰ ਦੇਣਾ ਸੀ ਮੈਂ ਉਹਨਾਂ ਨੂੰ ਸਬਕ ਸਿਖਾਉਣਾ ਸੀ ਦੀਜ਼ ਆਰ ਹਿਜ਼ ਵਰਡਸ ਹੰਡਰ ਕਮਿਸ਼ਨ ਨੇ ਜਿਸਨੇ ਕੀਤੀ ਇਨਕੁਆਇਰੀ ਕਿ ਤੂੰ ਇਹ ਕੀਤਾ ਤੂੰ ਇਹ ਕੀਤਾ ਤੂੰ ਕਿਉਂ ਉਹਨਾਂ ਨੂੰ ਦਿੱਤਾ ਕਿਉਂ ਨਹੀਂ ਵਾਰਨਿੰਗ ਕਿਉਂ ਦਿੱਤੀ ਨਹੀਂ ਦਿੱਤੀ ਕਹਿੰਦਾ ਮੈਂ ਨਹੀਂ ਦੇਣੀ ਸੀ ਜੀ ਕਮਿੰਗ ਬੈਕ ਮੈਂ ਨਾ ਆਈ ਵਾਂਟ ਟੂ ਸਟਿਕ ਟੂ ਦਿਸ ਮੁੱਦਾ ਓਨਲੀ ਵਿਦ ਜੇਲੇ ਵਾਲੇ ਬਾਗ ਬਾਰੇ ਮੈਂ ਪਹਿਲਾਂ ਸਟਾਰ ਦੇ ਵਿੱਚ ਗੱਲ ਕਰਕੇ ਤੇ ਆਪਣਾ ਬੜੀ ਖੁਸ਼ਕਿਸਮਤ ਹੈ ਕਿ ਸਾਡਾ ਆਪਣਾ ਖੁਦ ਦਾ ਟੈਲੀਵਿਜ਼ਨ ਹੈ ਦ ਰੀਜ਼ਨ ਮੈਂ ਟੈਲੀਵਿਜ਼ਨ ਬਾਅਦ ਬਾਅਦ ਮੈਂਸ਼ਨ ਕਰਦਾ ਤਾਂ ਕਿ ਸਾਡੀ ਹਰ ਦੁਨੀਆਂ 'ਚ ਗੱਲ ਪਹੁੰਚ ਸਕੇ ਕਿ ਸਾਡੇ ਨਾਲ ਕੀ ਹੋ ਰਿਹਾ ਔਰ ਸਿਰਫ ਅਸੀਂ ਬੈਠ ਕੇ ਟੈਲੀਵਿਜ਼ਨਾਂ 'ਤੇ ਜਾਂ ਰੇਡੀਓ 'ਤੇ ਗੱਲਾਂ ਨਾ ਕਰਦੇ ਰਹੀਏ ਕੋਈ ਨਾ ਕੋਈ ਬੰਦਾ ਅੱਜ ਤੇ ਮੁੱਦਾ ਉਠਾਵੇ ਅਤੇ ਅੱਗੇ ਜਾਈਏ ਜਦੋਂ ਮੈਂ ਗੱਲ ਉਠਾਉਣ ਦੀ ਗੱਲ ਕਰਾਂ ਭੈਣ ਜੀ ਅਸੀਂ ਅੱਜ ਆਪਣੇ ਘਰ ਦੀ ਗੱਲ ਕਰਦੇ ਹਾਂ ਆਪਣਾ ਘਰ ਮੇਰਾ ਘਰ ਤੁਹਾਡਾ ਘਰ ਮੇਰਾ ਘਰ ਹੈ ਸਾਡੀ ਭੈਣ ਲੇਡੀ ਸਿੰਘ ਹੈਗੀ ਹੈ ਸਾਡੇ ਵੀਰ ਲਾਰਡ ਇੰਦਰਜੀਤ ਸਿੰਘ ਅਸੀਂ ਇੰਨੀ ਪਾਵਰ 'ਚ ਇੰਨਾ ਦੀ ਕੰਟਰੀ 'ਚ ਆਣ ਕੇ ਇੱਦਾਂ ਇੱਦਾਂ ਦੀ ਪੁਜ਼ੀਸ਼ਨ ਅਸੀਂ ਲੈ ਕੇ ਬੈਠੇ ਪ੍ਰੋਸੈਸ ਕਰ ਰਹੇ ਹਾਂ
ਪਰ ਭੈਣ ਜੀ ਹੁਣ ਅਸੀਂ ਕਿਉਂ ਨਹੀਂ ਇਹਦਾ ਕੁਛ ਰਿਜ਼ਲਟ ਕਰ ਸਕਦੇ? ਮੈਂ ਤੁਹਾਡੇ ਪਰਸਨਲੀ ਨਹੀਂ ਪਾ ਰਿਹਾ, ਪਰ ਬਿਕੋਜ਼ ਯੂ ਹੋਲਡਿੰਗ ਸੱਚ ਅ ਸਟਰੋਂਗ ਪੋਜੀਸ਼ਨ ਸਮਝ ਰਹੀ ਹਾਂ, ਪਰ ਨਾ ਜਿਸ ਤਰ੍ਹਾਂ ਗਵਰਨਮੈਂਟਸ ਪਾਵਰਫੁਲ ਹੁੰਦੀਆਂ, ਇਨ ਹਾਊਸ ਆਫ ਲੋਰਡਸ ਵਿੱਚ ਵੀ ਪਾਸ ਹੋਇਆ ਕਿ ਇਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਕਾਮਨਸ ਵਿੱਚ ਵੀ ਐਮ ਪੀਜ਼ ਨੇ ਕਿਹਾ ਮਾਫ਼ੀ ਮੰਗਣੀ ਚਾਹੀਦੀ ਹੈ, ਉਹਦੀ ਹੀ ਮੰਗਦੇ ਵੈਸੇ ਜੇ ਮੰਗ ਲੈਣ, ਸ਼ਾਇਦ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਫਾਈਨੈਂਸ਼ੀਅਲ ਗੱਲਾਂ ਦੀ ਵੀ ਪ੍ਰੋਬਲਮ ਆ ਸਕਦੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਫਾਈਨੈਂਸ਼ੀਅਲ ਦੀ ਹੁਣ ਆਏਗੀ, ਕਿਉਂਕਿ ਦੇਖੋ ਜਿਸ ਤਰ੍ਹਾਂ ਸੱਜਣ ਕੁਮਾਰ ਇੱਕ ਬੰਦਾ 84 'ਚ ਕਿੰਨੇ ਸਾਲਾਂ ਬਾਅਦ ਲੜ ਲੜ ਕੇ ਉਹ ਜੇਲ੍ਹ ਵਿੱਚ ਗਿਆ, ਅਤੇ ਕੀ ਫਾਈਨੈਂਸ਼ੀਅਲ ਪ੍ਰੋਬਲਮ ਆ ਗਈ? ਕੁਛ ਨਹੀਂ, ਉਹਨਾਂ ਨੇ ਕੁਛ ਨਹੀਂ ਕੀਤਾ, ਮੈਂ ਹੁੰਦੀ ਤਾਂ ਮੈਂ ਕਹਿੰਦੀ ਸੱਜਣ ਕੁਮਾਰ ਨੇ ਜਿੰਨਾ ਕਮਾਇਆ ਇਹਨਾਂ ਸਾਲਾਂ 'ਚੋਂ ਸਾਰਾ ਉਹ ਵਿਡੋਜ਼ ਨੂੰ ਦੇਣਾ ਚਾਹੀਦਾ, ਉਹਦਾ ਖੋਹ ਲੈਣਾ ਚਾਹੀਦਾ, ਕੋਈ ਨਹੀਂ ਕਿਸੇ ਨੇ ਖੋਇਆ, ਹੈ ਨਾ? ਸੋ ਇਹੋ ਜਿਹੀਆਂ ਗੱਲਾਂ, ਪਰ ਜਿਹੜਾ ਨਾ ਅਪੋਲੋਜੀ, ਕਈ ਵਾਰੀ ਮੈਂ ਸੋਚਦੀ ਹਾਂ ਕੀ ਮਿਲੇਗਾ ਸਾਨੂੰ, ਮੈਂ ਕਹਿੰਦੀ ਹਾਂ ਜਰਾ ਕਿ ਨਾ ਯੂ ਫੀਲ ਵਿੰਡੀਕੇਟਿਡ, ਪਰ ਜੀ ਇੱਕ ਜਿਹੜਾ ਉਹ ਕਹਿੰਦੇ ਨਾ ਗਲੇ 'ਚ ਕੋਈ ਚੀਜ਼ ਫਸੀ ਹੋਈ ਹੈ, ਅਪੋਲੋਜੀ ਨਾਲ ਉਹ ਬੰਦੇ ਦੇ ਅੰਦਰ ਨਿਕਲ ਜਾਏਗੀ, ਸੈਟਿਸਫੈਕਸ਼ਨ ਮਿਲ ਜਾਏਗੀ ਥੋੜ੍ਹੀ ਜਿਹੀ ਕਿ ਚਲੋ ਇਹਨਾਂ ਨੇ ਗਲਤੀ ਕੀਤੀ ਹੈ। ਦੇਖੋ ਕਈ ਦਫ਼ਾ ਪੁੱਤਰ ਗਲਤੀ ਕਰਦਾ ਅਤੇ ਪਿਓ ਮਾਫ਼ੀ ਮੰਗ ਲਵੇ ਅਤੇ ਉਹ ਇੱਕ ਬਰਾਬਰ ਹੋ ਜਾਂਦੀ ਕਿ ਚਲੋ ਬਾਪ ਨੇ ਆਪਣੇ ਪੁੱਤਰ ਦੀ ਮਾਫ਼ੀ ਮੰਗੀ, ਮੰਗਣੀ ਚਾਹੀਦੀ। ਗਵਰਨਮੈਂਟ ਦੇ ਇਹਨਾਂ ਦੇ ਇੰਪਲੋਏ ਹੈਗੇ ਨੇ, ਉਹਨੇ ਬ੍ਰਿਟਿਸ਼ ਆਰਮੀ ਹੈ, ਬ੍ਰਿਟਿਸ਼ ਯੂਨੀਫਾਰਮ ਪਾਈ ਹੈ, ਬੇਸਿਕਲੀ ਉਹ ਬ੍ਰਿਟਨ ਨੂੰ ਰਿਪ੍ਰਜੈਂਟ ਕਰਦਾ, ਇਹਨੇ ਇੰਡੀਆ ਦੇ ਵਿੱਚ ਦੋ ਦੇਵ ਦਾ ਰੂਲਰ ਐਟ ਦ ਟਾਈਮ, ਅਤੇ ਇਹ ਅੰਦਰ ਤਾਂ ਬ੍ਰਿਟਿਸ਼ ਹੀ ਸਾਰਾ ਕੁਛ ਹੀ ਸਾਰਾ। ਅਪੋਲੋਜੀਜ਼ ਦੀ ਜੇ ਆਪਾਂ ਗੱਲ ਕਰਦੇ ਹਾਂ, ਆਪਣੇ ਅੰਮ੍ਰਿਤਸਰ ਦੇ ਵਿੱਚ ਹਾਈ ਕਮਿਸ਼ਨਰ ਜਾ ਕੇ ਆਇਆ 13 ਅਪ੍ਰੈਲ ਨੂੰ, ਅਤੇ ਉਹਨੇ ਵੀ ਰਿਗਰੈਟ ਹੀ ਕਿਹਾ ਹੈਗਾ, ਅਤੇ ਉੱਥੇ ਆਪਣੇ ਪੰਜਾਬ ਦਾ ਚੀਫ ਮਿਨਿਸਟਰ ਕੈਪਟਨ ਨਹੀਂ ਨਹੀਂ ਪਹੁੰਚਿਆ, ਉਹਨੇ ਵੀ ਕਿਹਾ ਕਿ ਇਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਅੱਛਾ ਅੱਛਾ, ਪਰ ਸਵਾਲ ਇਹ ਉੱਠਦਾ ਇਹ ਮਾਫ਼ੀ ਲਈ ਕਿਹੜਾ ਬੰਦਾ ਕਹਿ ਰਿਹਾ? ਜਿਸ ਬੰਦੇ ਦੇ ਪਿਓ ਦਾਦੇ ਨੇ 1857 ਦੇ ਗਦਰ ਦੇ ਵਿੱਚ ਗਦਾਰੀ ਕੀਤੀ ਸੀਗੀ, ਜਿਹਨੇ ਆਪਣੀਆਂ ਫੌਜਾਂ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਭੇਜੀਆਂ ਸੀਗੀਆਂ, ਜਦਕਿ ਆਰਡਨਰੀ ਜਿਹੜੇ ਸਿੱਖ ਫੌਜਾਂ ਸੀਗੀਆਂ ਪੂਰੇ ਪੰਜਾਬ ਤੋਂ, ਅੰਬਾਲੇ ਤੋਂ, ਆਪਣੇ ਬੰਨੂ ਤੋਂ ਲੈ ਕੇ ਆਪਣੇ ਗਈਆਂ ਹੈਗੀਆਂ ਲੜਨ ਅੰਗਰੇਜ਼ਾਂ ਦੇ ਖਿਲਾਫ਼, ਅਤੇ ਇਹ ਇਹ ਜਿਹੜਾ ਆਪਣੇ ਕੈਪਟਨ ਰਮਿੰਦਰ ਸਿੰਘ ਦੇ ਪਿਓ ਦਾਦੇ ਸੀ, ਇਹਨਾਂ ਨੇ ਅੰਗਰੇਜ਼ਾਂ ਦੇ ਆਪਣੇ ਹੱਕ ਦੇ ਵਿੱਚ ਫੌਜਾਂ ਭੇਜੀਆਂ, ਔਰ ਅੰਗਰੇਜ਼ ਬੜੇ ਖੁਸ਼ ਮਤਲਬ ਹੈਗੇ ਆ। ਉਹ ਇਹ ਕਹਿ ਰਹੇ ਇਹ 1857 ਦਾ ਗਦਰ ਸਿਰਫ ਆਪਣੇ ਮੁਸਲਮਾਨਾਂ ਦੀ ਬਗਾਵਤ ਹੀ ਸੀਗੀ, ਪਰ ਮੁਸਲਮਾਨਾਂ ਦੀ ਨਹੀਂ ਸੀ, ਇਹ ਸਾਰੇ ਹੀ ਉੱਥੇ ਮਤਲਬ ਲੜੇ ਆ, ਸਿੱਖ ਵੀ ਲੜੇ ਆ, ਹਿੰਦੂ ਵੀ ਲੜੇ ਆ, ਮੁਸਲਮਾਨ ਵੀ ਲੜੇ ਆ, ਪਰ ਇਹਨਾਂ ਨੇ ਗੱਲ ਇਹ ਫੈਲਾਤੀ ਸਿੱਖ ਸਾਡੇ ਹੱਕ 'ਚ ਹੀ ਲੜੇ ਆ, ਕਿਉਂਕਿ ਰਮਿੰਦਰ ਸਿੰਘ ਦਾ ਜਿਹੜਾ ਟੱਬਰ ਆ ਇਹ ਇਹਨਾਂ ਨੇ ਫੌਜਾਂ ਭੇਜੀਆਂ, ਬਾਕੀ ਸਿੱਖਾਂ ਦੀ ਨਹੀਂ ਗੱਲ ਕਰਦੇ ਜਿਹੜੇ ਖਿਲਾਫ਼ ਲੜੇ ਹੈਗੇ ਆ। ਅਤੇ ਉਹ ਹੀ ਗੱਲ ਜਿਹੜੀ ਆ ਗਾਂਹ ਜਿਹੜੀ ਸਟੇਟ ਆ ਹਿੰਦੁਸਤਾਨ ਦੀ, ਉਹਨਾਂ ਨੇ ਵੀ ਇਹੋ ਫੜ ਲਏ ਵੀ ਸਿੱਖ ਜਿਹੜੇ ਹੈਗੇ ਆ ਇਹੋ ਇਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ਼। ਇੱਕ ਗੱਲ ਇਹ ਕਹਿੰਦੀ ਹੈ ਕਿ ਦੇਖੋ ਹੁਣ ਟੈਲੀਵਿਜ਼ਨ ਪ੍ਰੋਗਰਾਮ BBC 'ਤੇ ਆਇਆ ਜਲ੍ਹਿਆਂਵਾਲਾ ਬਾਗ, ਬਿਲਕੁਲ ਮੈਂ ਉਹਦੀ ਗੱਲ ਕਰਨ ਲੱਗਾ ਸੀ, ਯੂ ਰੈਡ ਮਾਈ ਮਾਈਂਡ। ਹਾਂ, ਅਤੇ ਥੈਂਕ ਯੂ। ਉਹ ਨਾ ਜਿਸਲੇ ਉਹਦੇ ਕੀਤੀ ਸੀ ਐਟਨਬਰਾ ਨੇ ਗਾਂਧੀ ਦੇ ਵਿੱਚ, ਅਤੇ ਦਿਖਾਈ ਸੀਗੀ ਜਿਹੜੇ, ਕਿਉਂਕਿ ਮਜੋਰਿਟੀ ਵਾਸਟ ਮਜੋਰਿਟੀ ਸਿੱਖ ਸਨ ਉੱਥੇ, ਅਤੇ ਜਿਹੜੇ ਪ੍ਰੈਜੈਂਟ ਸਨ ਉਹ ਵੀ ਸਿੱਖ ਸਨ, ਜਿਹੜੇ ਮਰੇ ਸਨ ਉਹ ਵੀ ਸਿੱਖ ਸਨ, ਜਿਹੜੇ ਜ਼ਖਮੀ ਹੋਏ ਸਨ ਉਹ ਵੀ ਸਿੱਖ ਸਨ। ਅਤੇ ਉਹਨੇ ਦਿਖਾਇਆ, ਅਤੇ ਜਿੱਥੇ ਅਸੀਂ ਜਿਸ ਤਰ੍ਹਾਂ ਗਾਂਧੀ ਦੇਖਣ ਗਏ ਸੀ, ਮੇਰੇ ਹਸਬੈਂਡ ਦੀ ਟਰਬਨ ਦੇਖ ਕੇ ਆਲੇ ਦੁਆਲੇ ਸਾਰੇ ਕਹਿਣ ਲੱਗ ਗਏ ਵੀ ਆਰ ਅਸ਼ੇਮਡ, ਵੀ ਆਰ ਸੋ ਸੋਰੀ, ਵੀ ਹੈਵ ਯੂ ਗੋਟ, ਕੈਨ ਐਵਰ ਬੀ ਫੋਰਗਿਵਨ ਔਨ ਆਲ ਦੈਟ। ਪਰ ਜਿਸਲੇ ਇਹ ਹੁਣ ਸਾਡੀ ਪਿਕਚਰ ਦਿਖਾਈ ਹੈ, ਆਪਣੇ ਇੱਕ ਸਿੱਖ ਨੇ ਬਣਾਈ ਹੈ, ਉੱਥੇ ਕੋਈ ਪੱਗ ਦਿਸੀ ਨਹੀਂ ਮੈਨੂੰ, ਸਾਰਾ ਘੰਟੇ ਦਾ ਪ੍ਰੋਗਰਾਮ ਹੈ, ਉਹਨੇ ਇੰਟਰਵਿਊ ਕੀਤੇ ਆ ਤਾਂ ਵੀ ਪੱਗ ਦਿਸੀ ਨਹੀਂ ਹੈ। ਉਹਨੇ ਟਰੂ ਪੋਰਟਰੇ ਜਿਹੜੀ 1990 ਦੇ ਵਿੱਚ ਸਿੱਖਾਂ ਦੀ ਸੀਗੀ ਮੈਸੇਕਰ, ਉਹਨੂੰ ਵਾਈਪ ਆਊਟ ਕਰਤਾ, ਸਿੱਖ ਪੱਗ ਜਿਹੜੀ ਉੱਥੇ ਯੂਸੀ। ਅਸੀਂ ਜੇ ਅਸੀਂ ਕਿਸੇ ਇੰਗਲਿਸ਼ ਚੈਨਲ ਨੂੰ ਕੋਈ ਕ੍ਰਿਟੀਸਾਈਜ਼ ਕਰੀਏ, ਜਿੱਦਾਂ ਤੁਸੀਂ ਵੀ ਆਪਣੀ ਗੌਰਮੈਂਟ ਦੀ ਗੱਲ ਕਰਦੇ ਹੋ, ਬਿਫੋਰ ਅਸੀਂ ਗੋਰਿਆਂ ਨੂੰ ਕਰੀਏ, ਸਾਡੀ ਗੌਰਮੈਂਟ ਵੀ ਤਾਂ ਉਦੋਂ ਵੱਧ ਕੇ ਕਰਦੀ ਹੈ। ਮੈਂ ਜਦੋਂ ਤੁਹਾਨੂੰ ਪਹਿਲਾਂ ਦੱਸਿਆ, ਸ਼ੋਅ ਤੋਂ ਪਹਿਲਾਂ ਕੇਰਲਾ 'ਚ ਜਦੋਂ ਫਲੱਡਿੰਗ ਆਈ ਸੀਗੀ, ਦ ਸਿੱਖ ਏਡ ਉੱਥੇ ਪਹੁੰਚੀ, ਅਕਾਲ ਏਡ ਉੱਥੇ ਪਹੁੰਚੀ, ਬੇਸਿਕਲੀ ਜਿੰਨੇ ਮਜੋਰਿਟੀ ਏਡ ਪਹੁੰਚੀ ਸੀ ਆਪਣੀ ਸਿੱਖ ਕਮਿਊਨਿਟੀ ਪਹੁੰਚੀ ਸੀਗੀ। ਇੱਕ ਬੋਲੀਵੁੱਡ ਚੈਨਲ ਨੇ ਕੋਈ ਰਿਐਲਿਟੀ ਸ਼ੋਅ ਕਰਦੇ, ਅਤੇ ਉਹਨਾਂ ਨੇ ਇੱਕ ਮਿਨਟ ਦੀ ਸਾਇਲੈਂਟ ਰੱਖੀ ਟੂ ਸ਼ੋਅ ਰਿਸਪੈਕਟ ਦ ਪੀਪਲ ਹੂ ਡਾਈਡ ਦੇਅਰ।
ਭੈਣ ਜੀ ਜਿੰਨੇ ਰੈਸਕਿਊ ਵਰਕਰ ਸੀ ਨਾ ਉਹਦੇ 'ਚ ਇੱਕ ਸਰਦਾਰ ਨਹੀਂ ਦਿਖਾਇਆ ਉਹਨਾਂ ਨੇ ਨਾ ਵਾਈ ਡੂ ਦੇ ਪਿਕ ਦਿਸ ਡਿਲੀਬਰੇਟਲੀ ਮੈਨੂੰ ਇਸ ਚੀਜ਼ ਦਾ ਇੰਨਾ ਦੁੱਖ ਹੁੰਦਾ ਕਿ ਸਾਡੇ ਸਿੱਖਾਂ ਦੇ ਉੱਪਰ ਹਾਲਾਂਕਿ ਦੇਖਿਆ ਜਾਵੇ ਹਰ ਜਗ੍ਹਾ 'ਤੇ ਸਿੱਖ ਲੰਗਰ ਲਾਉਣ ਵਾਲਾ ਹਰ ਜਗ੍ਹਾ 'ਤੇ ਰੈਸਕਿਊ ਕਰਨ ਵਾਲਾ ਸਰਦਾਰ ਜਿੱਥੇ ਕਿਤੇ ਮਰਨਾ ਹੋਵੇ ਸਰਦਾਰ ਜੀ ਨੂੰ ਅੱਗੇ ਭੇਜਦੇ ਨੇ ਪਹਿਲਾਂ ਕਿਤੇ ਲੜਾਈ ਲੱਗੇ ਹੋਏ ਸਰਦਾਰ ਪਹਿਲਾਂ ਬਾਰਡਰ 'ਤੇ ਅੱਗੇ ਹੁੰਦੇ ਨੇ ਜਦੋਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਕਹਿੰਦੇ ਜੀ ਤੁਸੀਂ ਲਾਈਨ 'ਚ ਪਿੱਛੇ ਖੜੇ ਹੋ ਜਾਓ ਬੜੀ ਬੇਇਨਸਾਫੀ ਸਾਨੂੰ ਇਨਵਿਜ਼ੀਬਲ ਬਣਾਤਾ ਬਣਾਇਆ ਕਿਸ ਨੇ ਇੱਕ ਸਿੱਖ ਨੇ ਕਿਉਂਕਿ ਉਹਨੇ ਆਪ ਨਹੀਂ ਨਾ ਪੱਗ ਬੰਨੀ ਉਹਨੇ ਕੋਈ ਪੱਗ ਦਿਖਾਈ ਹੀ ਨਹੀਂ ਮੈਨੂੰ ਬੜਾ ਅਫਸੋਸ ਲੱਗਾ ਉਸ ਤਰ੍ਹਾਂ ਫੈਕਚੁਅਲ ਠੀਕ ਸੀ ਘੰਟੇ ਵਾਸਤੇ ਫੈਕਟਸ ਵਗੈਰਾ ਠੀਕ ਦੱਸੇ ਪਰ ਸਿੱਖਾਂ ਦੀ ਜਿਹੜੀ ਕੁਰਬਾਨੀ ਹੈ ਉਹਨੇ ਇਨਵਿਜ਼ੀਬਲ ਕਰਤੀ ਜਿਹੜਾ ਵੀ ਕੋਈ ਬੰਦਾ ਹੋਰ ਦੇਖੇਗਾ ਨਾ ਉਹ ਕਹੇਗਾ ਇੱਥੇ ਸਿੱਖਾਂ ਦੀ ਗੱਲ ਅਸੀਂ ਵਨ ਹੈਂਡ ਅਸੀਂ ਦਿਖਾਉਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ ਕੀ ਹੋ ਰਿਹਾ ਪਰ ਉਹ ਦਿਖਾਇਆ ਨਹੀਂ ਜਾ ਰਿਹਾ ਭਾਜੀ ਇੱਕ ਹੋਰ ਇਮੇਜ ਮੈਂ ਦੇਖ ਕੇ ਮੈਂ ਥੋੜ੍ਹੀ ਬਹੁਤੀ ਜ਼ਿਆਦਾ ਸਟਾਰ ਊਧਮ ਸਿੰਘ ਦੀ ਗੱਲ ਕਰਨੀ ਚਾਹੁੰਦਾ ਅਤੇ ਮੈਂ ਸੁਣ ਤੋਂ ਉਹਨੂੰ ਕਹਾਂਗਾ ਉਹਨੂੰ ਅੱਛਾ ਇਹ ਵਾਲੀ ਭਾਜੀ ਤੁਹਾਡੀ ਸੀਗੀ ਨਾ ਇਹ ਵਾਲੀ ਕੀ ਬਾਰੇ ਥੋੜ੍ਹਾ ਦੱਸੋਗੇ ਇਹਦੇ ਬਾਰੇ ਹਾਂਜੀ ਇਹੋ ਮੈਂ ਪੜ੍ਹ ਕੇ ਤੁਹਾਨੂੰ ਇਹ ਦੱਸ ਦਿੰਦਾ ਕਿ ਦਿਸ ਇਜ਼ ਅ ਸਾਈਟ ਆਫ ਜਲਿਆਂਵਾਲਾ ਬਾਗ ਮਾਸੇਕਰ ਇਨ ਅੰਮ੍ਰਿਤਸਰ ਵੇਅਰ ਬੁਲਟ ਮਾਰਕਸ ਲੈਫਟ ਬਾਈ ਫਾਇਰਿੰਗ ਔਨ ਅਪ੍ਰੈਲ 13, 1919 ਇਹ ਕਹਿੰਦਾ ਵੀ ਜਿਹੜੇ ਕੰਧਾਂ ਦੇ ਉੱਤੇ ਨਿਸ਼ਾਨ ਲੱਗੇ ਹੈਗੇ ਗੋਲੀਆਂ ਦੇ ਅਤੇ ਇਹ ਅੱਜ ਵੀ ਸਾਂਭ ਕੇ ਰੱਖੇ ਹੋਏ ਆ ਅਤੇ ਐਕਚੁਅਲ ਨੰਬਰ ਜਿਹੜੇ ਆਪਣੇ ਉੱਥੇ ਮਰੇ ਹੈਗੇ ਆ ਉਹ ਦੱਸਦੇ ਆ ਕਿ ਅੰਗਰੇਜ਼ਾਂ ਨੇ ਕਹੇ ਆ 300 ਦੇ ਉੱਪਰ ਅਤੇ ਅਦਰਸ ਬਿਲੀਵ ਕਿ ਕਲੋਜ ਟੂ 1000 ਪਰ ਜਿਹੜੇ ਅੰਗਰੇਜ਼ਾਂ ਨੇ ਇਹੋ ਗਿਣਤੀ ਕੀਤੀ ਆ ਉਹ ਇਸ ਗੱਲ ਇਹ ਹਿਸਾਬ ਨਾਲ ਕੀਤੀ ਆ ਕਿ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿ ਤੁਹਾਡਾ ਕੌਣ ਰਿਸ਼ਤੇਦਾਰ ਮਿਸਿੰਗ ਬੰਦਾ ਹੈਗਾ ਪਰ ਉੱਥੇ ਤਾਂ 15,000 ਤੋਂ 20,000 ਲੋਕ ਇਕੱਠੇ ਹੋਏ ਸੀਗੇ ਜਿਹੜੇ ਆਲੇ ਦੁਆਲੇ ਪਿੰਡਾਂ ਤੋਂ ਪੂਰੇ ਪੰਜਾਬ ਤੋਂ ਲੋਕ ਉੱਥੇ ਵਿਸਾਖੀ ਦੇ ਉੱਤੇ ਆਉਂਦੇ ਹੈਗੇ ਆ ਉਹਨਾਂ ਨੂੰ ਤਾਂ ਕੋਈ ਪੁੱਛਣ ਨਹੀਂ ਗਿਆ ਵੀ ਤੁਹਾਡਾ ਵੀ ਕੋਈ ਇੱਥੇ ਬਾਹਰੋਂ ਬਾਹਰੋਂ ਜਿਹੜੇ ਆ ਰਹੇ ਨੇ ਸੋ ਇਟਸ ਨੈਵਰ ਅ ਰਾਈਟ ਫਿਗਰ ਫਿਗਰ ਇਹ ਹੈਗੀ ਆ ਇਹ ਬਿਲਕੁਲ ਗਲਤ ਹੈਗੀ ਆ ਤੇ ਐਕਚੁਅਲ ਫਿਗਰ ਜਿਹੜੀ ਹੈਗੀ ਆ ਉਹ ਕਿਸੇ ਨੂੰ ਨਹੀਂ ਪਤਾ ਬਹੁਤਾ ਨਹੀਂ ਕਿਹਾ ਜਾ ਸਕਦਾ ਕੋਈ 1500 ਕਹਿੰਦਾ ਹੈ ਕੋਈ 1000 ਕਹਿੰਦਾ ਹੈ ਕਹਿੰਦੇ ਹਜ਼ਾਰ ਸਿਰਫ ਓਨਲੀ 5 ਮਿੰਟ ਸਭ ਤੋਂ ਜਿਹੜੀ ਇਨਹਿਊਮਨ ਗੱਲ ਹੋਈ ਕਿ ਜੇ ਇਸ ਤਰ੍ਹਾਂ ਕੋਈ ਹੁੰਦਾ ਡਾਇਰ ਦਾ ਜੌਬ ਸੀ ਕਿ ਜਾ ਕੇ ਕਹੇ ਕਿ ਜਿਹੜੇ ਜ਼ਖਮੀ ਆ ਉਹਨਾਂ ਨੂੰ ਹਸਪਤਾਲ ਲੈ ਜਾਓ ਜਿਹੜੇ ਦੂਜੇ ਆ ਤੁਸੀਂ ਦੇਖ ਲਓ ਅਸੀਂ ਚੱਲੇ ਹਾਂ ਜਿਸ ਵੇਲੇ ਵੀ ਇਸ ਤਰ੍ਹਾਂ ਦਾ ਕੋਈ ਗੱਲ ਹੁੰਦੀ ਹੈ ਨਾ ਜਿਹੜੀਆਂ ਸਰਵਿਸਿਸ ਹੁੰਦੀਆਂ ਉਹ ਆ ਕੇ ਜਿਹੜੇ ਜ਼ਖਮੀ ਹੁੰਦੇ ਆ ਉਹਨਾਂ ਨੂੰ ਦੇਖਦੇ ਆ ਉਹ ਕਹਿੰਦੇ ਉੱਥੇ ਤੁਸੀਂ ਕਦੇ ਸਟੋਰੀ ਪੜ੍ਹੋ ਕਿ ਇੱਕ ਜਨਾਨੀ ਖੜੀ ਹੈ ਉਹਦੇ ਹਸਬੈਂਡ ਦੀ ਡੈਥ ਹੋ ਗਈ ਹੋਈ ਹੈ ਉਹ ਪਿਆ ਇਹ ਕਹਿੰਦੀ ਇੱਕ ਮੁੰਡਾ ਛੋਟਾ ਜਿਹਾ ਆਉਂਦਾ ਲੱਤ ਨਹੀਂ ਹਿਲਦੀ ਪਈ ਹੁੰਦਾ ਇੱਕ ਆਦਮੀ ਆਉਂਦਾ ਮੈਨੂੰ ਹੈਲਪ ਕਰ ਮੈਡੀ ਨਾ ਲੱਤ ਬਾਂਹ ਫਸੀ ਹੋਈ ਹੈ ਪੰਜਾਬ ਦਾ ਜਿਹੜਾ ਸੀਗਾ ਗਵਰਨਰ ਉਹ ਆਇਆ ਉਹਨੇ ਲੈਕਚਰ ਦੇਣਾ ਸੀ ਅਤੇ ਇਹ ਉੱਥੇ ਚਲੇ ਗਏ ਇਹਨਾਂ ਨੇ ਗੰਨ ਪਾਈ ਹੋਈ ਸੀ ਪਰ ਇਹਨਾਂ ਨੇ ਮਾਇੰਡ ਕਹਿੰਦੇ ਪਹਿਲੇ ਦੱਸਿਆ ਹੋਇਆ ਸੀ ਕਿ ਮੈਂ ਦੌੜਨਾ ਨਹੀਂ ਆ ਇਹਨਾਂ ਨੇ ਦੋ ਵਾਰੀ ਸ਼ੂਟ ਕੀਤਾ ਉੱਥੇ ਸਾਰੇ ਠੰਬਰ ਗਏ ਉਹਨਾਂ ਨੂੰ ਸ਼ੌਕਡ ਹੋ ਗਏ ਕਿ ਉਹਨਾਂ ਨੂੰ ਪਤਾ ਨਹੀਂ ਲੱਗਾ ਫੋਰ ਫਿਊ ਮਿੰਟਸ ਨੋਬਡੀ ਮੂਵਡ ਜਿਹੜੇ ਸਿਕਿਉਰਿਟੀ ਵਾਲੇ ਦੇ ਵਾਸ ਸ਼ੌਕ ਫਿਰ ਉਹਨਾਂ ਨੂੰ ਫੜ ਕੇ ਲੈ ਗਏ ਅਤੇ ਇਹਨਾਂ ਨੂੰ ਫਿਰ ਜਿਸਲੇ ਪੁੱਛਿਆ ਨਾ ਦੇ ਆਰ ਵੈਰੀ ਪਿਥੀ ਵਰਡਸ ਜਿਹੜੇ ਉਹਨਾਂ ਕਹਿੰਦੇ ਨੇ I did it because I had a grudge against him. That is the Punjab, the governor. Because jada dire ta mar gaya si. He deserved it. He was the real culprit. He wanted to crush the spirit of my people. So I have crushed him. For full 21 years, I've been trying to wreak vengeance. I'm happy that I've done the job. I'm not scared of death. I'm dying for my country. I've seen my people starving in India under the British rule. I have protested against this. It was my duty. What a great honor could be bestowed on the then death for the sake of my motherland. Kya baat hai, kya baat hai. Itna sona unhone kiya ki dekho mere bandiyan nu us vele Mahatma Gandhi and Jawaharlal Nehru dono ne condemn kita. Condemned Udham Singh killing. But in 1952 something Jawaharlal Nehru ne kiya Shaheed-e-Azam Udham Singh Shaheed-e-Azam baad vich pichhon ditta par us le condemn kita because they couldn't see anybody else Paji tusi paji bahaduri dekho insaan di
ਇੱਕ ਨੇ 21 ਸਾਲ ਆਪਣੇ ਦਿਲ ਦੇ ਵਿੱਚ ਉਹ ਬਦਲਾ ਲੈਣ ਦਾ ਕ੍ਰੋਧ ਰੱਖਿਆ ਉਹਨੇ ਆਪਣਾ ਜਿਹੜਾ ਉਹਨੇ ਵਾਅਦਾ ਕੀਤਾ ਸੀ ਪਹਿਲਾਂ ਜਦੋਂ ਐਕਚੁਅਲੀ ਹਾਦਸਾ ਹੋਇਆ 21 ਸਾਲ ਬਾਅਦ ਪੂਰਾ ਕਰ ਪਾਇਆ ਲੇਕਿਨ ਜਦੋਂ ਪੂਰਾ ਕਰਕੇ ਦੇਖੋ ਉਹਦੇ ਲਵਜ਼ ਦੇਖੋ ਜਿਹੜੇ ਤੁਸੀਂ ਰੀਡ ਕੀਤੇ ਨੇ ਕਿ ਆਈ ਡਨ ਇਟ ਫਾਰ ਮਾਈ ਕੰਟਰੀ ਵੈਰੀ ਪਾਵਰਫੁਲ ਔਰ ਦੌੜਿਆ ਨਹੀਂ ਡਿਫੈਂਡ ਨਹੀਂ ਕੀਤਾ ਕੁਛ ਨਹੀਂ ਕੀਤਾ ਔਰ ਜਿੰਨੇ ਵੀ ਉੱਥੇ ਖੜੇ ਸੀਗੇ ਦੇ ਵਾਜ਼ ਸਟੰਟ ਫਿਊ ਮਿੰਟ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਕੀ ਹੋ ਰਿਹਾ ਸਿਰਫ ਇਹੋ ਹੀ ਨਹੀਂ ਕਿ ਉਹਨੇ ਡਾਇਰ ਨੂੰ ਉਡਵਾਇਰ ਨੂੰ ਇੱਥੇ ਆ ਕੇ ਮਾਰ ਦਿੱਤਾ ਉਹ ਆਜ਼ਾਦੀ ਦੀ ਜੰਗ ਵਾਸਤੇ ਮਤਲਬ ਕੈਨੇਡਾ ਅਮਰੀਕਾ ਕੇਨੀਆ ਸਾਰੇ ਪਾਸੇ ਆਪਣੇ ਅਰਜਨਟੀਨਾ ਗਿਆ ਹੈਗਾ ਗਦਰ ਪਾਰਟੀ ਦੇ ਵਾਸਤੇ ਉਹਨੇ ਕੰਮ ਕੀਤਾ ਹੈਗਾ ਔਰ ਗਦਰ ਪਾਰਟੀ ਦੇ ਵਿੱਚ ਉਹ ਮਤਲਬ ਕਾਫੀ ਸਰਗਰਮ ਸੀਗਾ ਅਤੇ ਉਸ ਤੋਂ ਬਾਅਦ ਜਦੋਂ ਇੰਗਲੈਂਡ 'ਚ ਆਇਆ ਇੱਥੇ ਵੀ ਆ ਕੇ ਮਤਲਬ ਉਸਨੇ ਹਿੰਦੁਸਤਾਨੀ ਮਜ਼ਦੂਰਾਂ ਨੂੰ ਆਪਣੇ ਜਥੇਬੰਦ ਕੀਤਾ ਹੈਗਾ ਇੱਥੇ IWA ਦੇ ਵਿੱਚ ਵੀ ਉਹ ਆਇਆ ਹੈਗਾ ਅਤੇ ਉਹਨਾਂ ਦੀ ਜਿਹੜੀ ਫਾਊਂਡਿੰਗ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਸ਼ਾਮਿਲ ਸੀਗਾ ਕਹਿੰਦੇ ਆ ਪਰ ਮੈਨੂੰ ਇਹ ਪੱਕਾ ਨਹੀਂ ਮੈਂ ਕਹਿ ਸਕਦਾ ਪਰ IWA ਬਣਾਉਣ ਦੇ ਵਿੱਚ ਉਹਦਾ ਹੱਥ ਸੀ ਭਾਅ ਜੀ ਮੈਂ ਮਾਫ਼ੀ ਚਾਹਾਂਗਾ ਸੋਰੀ ਟਾਈਮ ਜ਼ਿਆਦਾ ਨਹੀਂ ਦਿੰਦਾ ਪਹਿਲਾਂ ਮੈਂ ਕਿਹਾ ਕਿ ਹਟਿਆ ਸੀ ਕਿ ਇਹ ਬੜਾ ਲੰਮਾ ਮੁੱਦਾ ਬੜੀ ਲੰਬੇ ਟਾਈਮ 'ਤੇ ਗੱਲ ਕਰਨੀ ਚਾਹੀਦੀ ਹੈ ਭਾਅ ਜੀ ਪਹਿਲਾਂ ਤਾਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਥੈਂਕ ਯੂ ਸੋ ਮੱਚ ਫੋਰ ਮੇਕਿੰਗ ਐਫਰਟ ਤੁਸੀਂ ਅੱਜ ਆਏ ਹੋ ਅਤੇ ਯੂਸੀ ਅਸੀਂ ਐਟਲੀਸਟ ਅਵੇਅਰ ਕਰ ਸਕੀਏ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਹੋਰ ਊਧਮ ਸਿੰਘ ਪੈਦਾ ਹੋਏਗਾ ਕਿ ਸ਼ਾਇਦ ਸਾਡੀ ਕੌਮ ਦੀ ਕੋਈ ਤਰੱਕੀ ਹੋ ਚੁੱਕੇਗੀ ਕਿਤੇ ਪ੍ਰੀਤੀ ਆਈ ਥਿੰਕ ਦੈਟਸ ਇਟ ਵੀ ਨੀਡ ਟੂ ਰੈਪ ਇਟ ਅਪ ਨਾਓ ਥੈਂਕ ਯੂ ਵੈਰੀ ਮੱਚ ਬਾਜੀ ਥੈਂਕ ਯੂ ਸੋ ਮੱਚ ਥੈਂਕ ਯੂ ਫੋਰ ਐਜੂਕੇਟਿੰਗ ਐਵਰੀਬਾਡੀ ਆਫ ਕੋਰਸ ਬਹੁਤ ਇੰਪੋਰਟੈਂਟ ਗੱਲ ਹੈ ਅਸੀਂ ਸਾਨੂੰ ਆਪਣੇ ਫਸਟ ਜਨਰੇਸ਼ਨ ਸਭ ਜਾਣਦੇ ਕਿ ਕੀ ਹੋਇਆ ਸੈਕਿੰਡ ਥਰਡ ਜਨਰੇਸ਼ਨ ਹੌਲੀ ਹੌਲੀ ਭੁੱਲਦੀ ਜਾ ਰਹੀ ਹੈ ਇਹ ਜਿਹੜੀ ਚੀਜ਼ਾਂ ਜਿਹੜੀ ਹਿਸਟਰੀ ਹੈ ਨਾ ਜਿਹੜਾ ਪਾਸ ਹੁੰਦਾ ਕਦੀ ਪਾਸ ਖਤਮ ਨਹੀਂ ਅੱਗੇ ਆਣ ਕੇ ਖੜਾ ਹੋ ਜਾਂਦਾ ਅਸੀਂ ਭੈੜੇ ਗੱਲਾਂ ਦਾ ਪਾਸ ਲੈ ਕੇ ਵਿੱਚ ਅੱਗੇ ਆ ਜਾਂਦੇ ਹਾਂ ਉਹ ਤੁਸੀਂ ਕਦੇ ਵਾਈਪ ਆਫ ਨਹੀਂ ਕਰ ਸਕਦੇ ਇਹ ਹਿਸਟਰੀ ਬੜਾ ਜ਼ੁਰਮ ਹੋਇਆ ਇੰਡੀਆ ਦੇ ਉੱਪਰ ਆਪਣੇ ਸਿੱਖਾਂ ਦੇ ਉੱਪਰ ਇਸੇ ਤਰ੍ਹਾਂ ਤੁਸੀਂ ਸਾਡੇ ਅਕਾਲ ਚੈਨਲ ਨੂੰ ਸਪੋਰਟ ਕਰਦੇ ਰਹੋ ਅਗਲੇ ਵੀਕ ਕੋਈ ਹੋਰ ਅੱਛਾ ਪ੍ਰੋਗਰਾਮ ਅੱਗੇ ਆਵਾਂਗੇ ਤਦ ਤੱਕ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ